ਕਿਉਂਕਿ ਸਾਡਾ ਸਾਰਿਆਂ ਦਾ ਹੀ ਪੇਕਾ ਘਰ ਹੈ। ਅਸੀਂ ਸਾਰੇ ਇਸਤਰੀ ਰੂਪ ਹੈ। ਜਿਹੜੀ ਇਸਤਰੀ ਆਪਣੇ ਪੇਕਿਆਂ ਘਰੋਂ ਸਹੁਰੇ ਘਰ ਚੰਗੇ ਕੰਮ ਸਿੱਖ ਕੇ ਜਾਂਦੀ ਹੈ ਅਤੇ ਦੋਵਾਂ ਘਰਾਂ ਦਾ ਸੰਭਾਲ ਕਰ ਦਿੰਦੀ ਹੈ। ਇਸ ਕਰਕੇ ਅਸੀਂ ਸਾਰੇ ਇਸਤਰੀ ਰੂਪ ਹਾਂ। ਸਾਡਾ ਸਾਰਿਆਂ ਦਾ ਇਹ ਪੇਕਾ ਘਰ ਹੈ। ਆਪੋ ਆਪਣੀ ਵਾਰੀ ਅਨੁਸਾਰ ਸਾਨੂੰ ਇਸ ਸੰਸਾਰ ਦੇ ਵਿੱਚੋਂ ਜਾਣਾ ਪੈਂਦਾ। ਜਿਸ ਤਰ੍ਹਾਂ ਅੱਜ ਗੁਰੂ ਪਿਆਰੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੇ ਬਹੁਤ ਸਾਰੇ ਸਮਾਜਿਕ ਕੰਮ ਵੀ ਕੀਤੇ, ਸੂਬੇ ਦਾ ਸਰਦਾਰ ਮਹਿੰਦਰ ਸਿੰਘ ਜੀ ਪੰਧੌਲ, ਸੋ ਉਹਨਾਂ ਦੀ ਅੰਤਮ ਅਰਦਾਸ ਵਿੱਚ ਆਪਾਂ ਸ਼ਾਮਲ ਹੋ ਰਹੇ ਹਾਂ, ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਚੰਗੇ ਕੰਮ ਸਿੱਖ ਕੇ ਅੱਜ ਵੀ ਸਮਾਜ ਉਹਨਾਂ ਨੂੰ ਯਾਦ ਕਰਦਾ। ਉਹਨਾਂ ਨੂੰ ਬਾਅਦ ਦੇ ਵਿੱਚ ਯਾਦ ਕੀਤਾ ਜਾਂਦਾ ਕਿ ਵੀਰ ਜਿਸ ਮਰਨੇ 'ਤੇ ਜੱਗ ਡਰੇ ਮੇਰੇ ਮਨ ਆਨੰਦ ਮਰਨੇ ਕੀਤੇ ਪਾਈ ਪੂਰਨ ਪਰਮਾਨੰਦ। ਕਹਿੰਦੇ ਜੇ ਕੋਈ ਪ੍ਰਾਪਤੀ ਹੈ ਤਾਂ ਮਨ ਤੋਂ ਬਾਅਦ ਹੈ। ਸੋ ਅੱਜ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਜੁੜ ਰਹੇ ਹਾਂ। ਸੋ ਹੋ ਸਕੇ ਵੱਧ ਚੜ ਕੇ ਭਾਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜਾ ਕੇ ਬੈਠੋ, ਕਿਉਂਕਿ ਆਪਾਂ ਇੱਥੇ ਇਕੱਠੇ ਹੋਏ ਹਾਂ ਉਹਨਾਂ ਦੇ ਨਿਮਿੱਤ ਅਰਦਾਸ ਕਰਨੀ ਹੈ। ਪਤਾ ਨਹੀਂ ਕਿਹਦਾ ਮਨ ਜੁੜ ਜਾਣਾ ਅਤੇ ਅਰਦਾਸ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਪਹੁੰਚ ਜਾਣੀ ਹੈ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਪਈ ਜਿਹੜੇ ਸੌ ਸੇਵ ਤੋਂ ਸੋਹਰੇ ਸੁੱਖ ਬਸ। ਕਹਿੰਦੇ ਜੇ ਤੂੰ ਪੇਕੇ ਘਰੇ ਚੰਗੇ ਕੰਮ ਸਿੱਖ ਕੇ ਜਾਵੇਂਗੀ ਤੇ ਤੇਰੇ ਲੋਕ ਵੀ ਸਹੇਲੇ ਹੋ ਜਾਣਗੇ, ਪਰਲੋਕ ਵੀ ਸਹੇਲੇ ਹੋ ਜਾਣਗੇ। ਪੇੜੇ ਸੋ ਸੇਵ ਤੋਂ ਸੋਹਰੇ ਸੁੱਖ ਬਸ, ਗੁਰਮਿਲ ਚੱਜ ਅਚਾਰ ਸਿੱਖ ਤੁਝ ਕਦੇ ਨਾ ਲੱਗੇ ਦੁੱਖ। ਜਦੋਂ ਤੂੰ ਇਹ ਚੱਜ ਸਿੱਖ ਲਿਆ ਕਿ ਜਿੱਥੇ ਮੈਂ ਸੰਸਾਰਕ ਜ਼ਿੰਮੇਵਾਰੀਆਂ ਸਮਝਦਾ ਉੱਥੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਨਾਲ ਵੀ ਜੁੜਨਾ। ਗੁਰਮਿਲ ਚੱਜ ਅਚਾਰ ਸਿੱਖ ਤੁਝ ਕਦੇ ਨਾ ਲੱਗੇ ਦੁੱਖ। ਤੇ ਸਤਿਗੁਰੂ ਜੀ ਕਹਿੰਦੇ ਸਭਨਾ ਸਹੁਰੇ ਵੰਜਣਾ ਸਭ ਮੁਕਲਾ ਬਣਾ। ਸਾਰਿਆਂ ਨੂੰ ਆਪਣੇ ਸਹੁਰੇ ਘਰ ਜਾਣਾ ਪੈਂਦਾ, ਬੇਕਾ ਕਰ ਸਕਦੀ ਲੋਕ ਸੱਜ ਕੇ ਪ੍ਰਲੋਕ ਵਿੱਚ ਜਾਣਾ ਪੈਂਦਾ। ਸਭਨਾ ਸਹੁਰੇ ਵੰਜਣਾ ਸਭ ਮੁਕਲਾ ਬਣਹਾਰ, ਨਾਨਕ ਧੰਨ ਸੁਹਾਗਣੀ ਜਿਨ ਸੁਣ ਨਾਲ ਪਿਆਰ। ਕਹਿੰਦੇ ਉਹੀ ਸੁਹਾਗਣਾ ਧੰਨ ਹੈ ਜਿਨ੍ਹਾਂ ਦਾ ਪਰਮਾਤਮਾ ਪ੍ਰਤੀ ਪਿਆਰ ਹੈ। ਸੋ ਆਓ ਸਤਿਗੁਰੂ ਜੀ ਬਖਸ਼ਿਸ਼ ਕਰਨ, ਆਪਾਂ ਨੂੰ ਇਹੀ ਗੱਲਾਂ ਯਾਦ ਨਾ ਰਹਿ ਜਾਣ ਕਿ ਖਾਣਾ ਇੱਕੋ ਨਾਮ ਧਿਆਵੋ।
ਸਮਾਜ ਦੇ ਵਿੱਚ ਚੰਗੇ
ਦੀਆਂ ਲੋਕੀ ਨੂੰ ਯਾਦ ਕਰਦੇ ਹਾਂ ਕਿ ਸਤਸੰਗ ਦੀ ਇਹੀ ਨਿਸ਼ਾਨੀ ਹੈ, ਮਰਨੇ ਹੀ ਤੇ ਪਾਈਏ ਕੁੱਲ ਪਰਮਾ। ਜੇ ਕੋਈ ਪ੍ਰਾਪਤੀ ਹੈ ਤੇ ਮਰਨ ਤੋਂ ਬਾਅਦ। ਸਤਸੰਗ ਇੱਕ ਮਨੁੱਖ ਤੁਰਿਆ ਜਾ ਰਿਹਾ ਸੀ, ਜਾਂਦਿਆਂ ਜਾਂਦਿਆਂ ਅੱਜ ਇਹਦੇ ਪੈਰ ਦੇ ਵਿੱਚ ਇੱਕ ਹੱਡੀ ਵੱਜੀ ਤੇ ਗੰਮੀ ਆਵਾਜ਼ ਆਈ, ਕਹਿੰਦੇ ਹੇ ਮਨੁੱਖ ਦੇਖ ਮੇਰੀ ਵੀ ਤੇਰੇ ਜਿੱਡੀ ਦੇਹੀ ਹੋਇਆ ਕਰਦੀ ਸੀ, ਮੈਂ ਵੀ ਬੜਾ ਵੱਡਾ ਸੀ, ਪਰ ਜਿਸ ਸਮੇਂ ਮੇਰੇ ਸਵਾਸਾਂ ਦੀ ਪੂਰੀ ਖਤਮ ਹੋ ਗਈ, ਮੇਰਾ ਅੰਤ ਸਮਾਂ ਆਇਆ ਤੇ ਪਤਾ ਹੀ ਨਹੀਂ ਲੱਗਾ ਕਦੋਂ ਮੇਰੀ ਮੌਤ ਹੋਈ। ਜੰਮਣ ਮਰਨਾ ਹੁਕਮ ਹੈ, ਭਾਵੇਂ ਆਵੇ ਜਾਵੇ। ਮੇਰੀ ਮੌਤ ਹੋਈ, ਅੰਤਮ ਸੰਸਕਾਰ ਕੀਤਾ ਗਿਆ। ਕਿਸਾਨ ਸੰਗਤ, ਅੰਤਮ ਸੰਸਕਾਰ ਤੋਂ ਬਾਅਦ ਉਹ ਹੱਡੀਆਂ ਚੱਕ ਕੇ ਛੋਟੀ ਜਿਹੀ ਕੁੱਜੀ ਦੇ ਵਿੱਚ ਪਾਈਆਂ, ਛੋਟੀ ਜਿਹੀ ਕੌੜੀ ਦੇ ਵਿੱਚ ਪਾ ਕੇ ਤੇ ਇਹ ਹੱਡੀਆਂ ਜਲ ਪ੍ਰਵਾਹ ਕਰਿਆ ਗਈਆਂ। ਇਸ ਕਰਕੇ ਇਸ ਸਰੀਰ ਦਾ, ਇਸ ਕਾਇਆ ਦਾ ਮਾਣ ਨਾ ਕਰ, ਹੰਕਾਰ ਨਾ ਕਰ। ਸਤਿਗੁਰੂ ਜੀ ਕਹਿੰਦੇ ਨੇ ਇਹ ਸਰੀਰਾ ਮੇਰਿਆ, ਇਸ ਜਗ ਮੇ ਆਏ ਕੇ ਕਿਆ ਤੁਧ ਕਰਮ ਕਮਾਇਆ। ਇਹ ਕਰਮ ਕਮਾਇਆ ਤੂੰ ਸਰੀਰਾ, ਜਾਂ ਤੂੰ ਜਗ ਮੇ ਆਇਆ। ਜਿਨ ਹਰ ਇੱਕ ਸਾਧ ਸੰਗਤ ਸਮਾਜ ਦੇ ਕੰਮ ਵੀ ਕੀਤੇ ਤੇ ਆਪਣਾ ਜੀਵਨ ਵੀ ਬਣਾਇਆ, ਇਸ ਲੋਕ ਨੂੰ ਸਮਾਜ ਵੀ ਪ੍ਰਮੁੱਖ ਵਿੱਚ ਗਏ। ਸਤਿਗੁਰੂ ਜੀ ਕਹਿੰਦੇ ਨੇ ਪ੍ਰਾਣੀ ਏਕੋ ਨਾਮ ਲਿਆ, ਕਈਆਂ ਪੀੜੀਆਂ ਪਿੱਛੇ ਹਰ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਆਪਣੀ ਪੱਤ ਸੇਧੀ ਕਰ ਜਾਓ, ਆਪਣੀ ਪੱਤ ਨੂੰ ਲੈ ਕੇ ਜੋ ਕਿ ਪਰਮਾਤਮਾ ਦੇ ਨਾਲ ਵਾਅਦੇ ਕਰਕੇ ਆਇਆ ਸੀ, ਉਸ ਪੱਤ ਨੂੰ ਲੈ ਕੇ ਪਰਮਾਤਮਾ ਦੇ ਮੁਬਾਰਕ ਚਰਨਾਂ ਵਿੱਚ ਜਾ, ਤਾਂ ਕਿ ਜਦੋਂ ਤੈਨੂੰ ਇਹ ਸਵਾਲ ਪੁੱਛੇ ਜਾਣ ਕਿਆ ਤੈਂ ਕੱਢਿਆ, ਕਹਾਂ ਗਵਾਇਆ, ਤੈਨੂੰ ਸਲਾਮ ਪ੍ਰਮਾਨ ਬੁਲਾਇਆ, ਕਾ ਪ੍ਰਮਾਨ ਜਵਾਨ ਬੁਲਾਇਆ, ਹਰ ਪ੍ਰਮਾਨ ਦਾ ਵਿਆਖਿਆ ਲਿਆ। ਉਦੋਂ ਤੇਰੇ ਮੁੱਖ ਦੇ ਵਿੱਚ ਨਾਮ ਹੋਵੇ, ਸਿਮਰਨ ਹੋਵੇ, ਫਿਰ ਤੇਰਾ ਧਰਮ ਰਾਜਾ ਵੀ ਲੇਖਾ ਨਹੀਂ ਹੋ ਸਕਦਾ। ਧਰਮ ਰਾਜੇ ਦਾ ਕਾਜ ਤੁਹਾਡੇ ਨਾਲ ਨਾਮ ਵੀ ਲੇਖਾ ਸਮਝਾ, ਉਹ ਵੀ ਕਹਿ ਦਿੰਦਾ ਕਿ ਇਹਨਾਂ ਦਾ ਲੇਖਾ ਵੀ ਨਾਮ ਵੀ ਲੇਖਾ। ਉਸ ਜੋਗੀ ਦੀ ਮੌਤ ਹੋ ਗਈ, ਉਹਦੇ ਸਵਾਸ ਹੋ ਗਏ।
ਕੋਠੀਆਂ ਮਹਿਲ ਵੀ ਕਿਸੇ
ਤੱਕ ਨਹੀਂ ਜਿੱਥੇ ਨਾਮ ਨਹੀਂ ਜਪਿਆ ਜਾਂਦਾ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਤਿੰਨ ਚੀਜ਼ਾਂ ਨੂੰ ਵੀ ਮਨੁੱਖ ਬਹੁਤ ਉੱਚੀਆਂ ਸਮਝਦਾ, ਇੱਕ ਨਾਮ, ਇੱਕ ਵਸਤਰ, ਇੱਕ ਆਪਣਾ ਮਕਾਨ। ਤੇ ਜਿਸ ਸਮੇਂ ਇਹ ਸਵਾਸ ਪੂਰੇ ਹੋ ਜਾਂਦੇ ਆ, ਇਹ ਸੰਸਾਰ ਵਿੱਚੋਂ ਚਲਿਆ ਜਾਂਦਾ, ਤੇ ਸਾਧ ਸੰਗਤ ਜਾਣ ਲੱਗਿਆ ਇਹ ਤਿੰਨੇ ਚੀਜ਼ਾਂ ਜਿਹੜੀਆਂ ਬਦਲ ਜਾਂਦੀਆਂ। ਜਿਸ ਤਰ੍ਹਾਂ ਅੱਜ ਬਹੁਤ ਹੀ ਸਤਿਕਾਰਯੋਗ ਸੂਬੇਦਾਰ ਸਰਦਾਰ ਮਹਿੰਦਰ ਸਿੰਘ ਜੀ, ਉਹਨਾਂ ਦੇ ਨਾਂ ਦੇ ਅੱਗੇ ਅੱਜ ਸਵਰਗਵਾਸ ਲੱਗ ਜਾਣਾ, ਸਵਰਗਵਾਸੀ ਲੱਗ ਜਾਣਾ। ਜਿਹੜੇ ਵਸਤਰ ਸੀ ਉਹਦੇ ਨਾਲ ਜਿਸ ਸਮੇਂ ਇਹਨਾਂ ਦਾ ਅੰਤਮ ਸੰਸਕਾਰ ਕੀਤਾ ਤੇ ਸਾਧ ਸੰਗਤ ਉਹਦੇ ਨਾਲ ਜੁੜਨ ਲੱਗ ਗਿਆ, ਆਖਿਆ ਕੱਪੜ ਪਾ ਦੋ ਵੀ ਇਹਦੇ। ਤੇ ਤੀਸਰਾ ਜਿਹੜਾ ਮਕਾਨ ਸੀ ਉਹ ਭਗਤ ਪ੍ਰੀਤ ਜੀ ਦੇ ਵਚਨਾਂ ਮੁਤਾਬਕ ਹੋਰ ਨਮਾਣੀ ਚੜ੍ਹ ਕਰੇ ਨਿਹ ਕਰਿਆ ਘਰ ਆਓ ਸਭ ਭਰ ਮੈਂ ਇੱਥੇ ਆਪਣਾ ਮਨ ਨੂੰ ਨਾ ਮਰਿਆ। ਹੋਰ ਨਮਾਣੀ ਜੀ ਨੂੰ ਅਸੀਂ ਸ਼ਮਸ਼ਾਨ ਘਰ ਕਹਿ ਦਿੰਦੇ ਹਾਂ, ਸਿਵੇ ਵੀ ਕਹਿ ਦਿੰਦੇ ਹਾਂ। ਉਹ ਸਾਨੂੰ ਵਾਜਾ ਮਾਰਦੀ ਹੈ, ਕਹਿੰਦੇ ਤੇਰਾ ਪੱਕਾ ਘਰ ਨਹੀਂ ਹੈ, ਹੋਰ ਨਮਾਣੀ ਛੱਡ ਕਰੇ ਨਿਹ ਕਰਿਆ ਕਰਿਆ ਸਭ ਭਰ ਮੈਂ ਇੱਥੇ ਆਪਣਾ ਮਨ ਨੂੰ ਨਾ ਮਰਿਆ। ਕਹਿੰਦੇ ਇਹਦਾ ਮਕਾਨ ਵੀ ਜਾ ਕੇ ਫਿਰ ਉੱਥੇ ਬਣ ਜਾਂਦਾ, ਸ਼ਮਸ਼ਾਨ ਘਾਟ ਦੇ ਵਿੱਚ ਇਹਦਾ ਮਕਾਨ ਬਣ ਜਾਂਦਾ। ਤੇ ਸਾਧ ਸੰਗਤ ਸਤਿਗੁਰੂ ਜੀ ਭਗਤ ਪ੍ਰੀਤ ਜੀ ਇਸ ਸ਼ਬਦ ਦੁਆਰਾ ਬਖਸ਼ਿਸ਼ ਕਰਦੇ ਨੇ, ਰਿਤਾ ਦੁਰਿਆ ਵੇ ਕਹੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇ ਤੇ ਹੰਝ ਨੂੰ ਅਚਿੰਤੇ ਬਾਜ। ਇੱਕ ਬਗਲਾ ਬੜੀਆਂ ਗੋਲਾਂ ਕਰ ਰਿਹਾ ਸੀ ਦਰਿਆ ਦੇ ਕਿਨਾਰੇ ਤੋਂ, ਉਹਦੀ ਭਗਤ ਪ੍ਰੀਤ ਜੀ ਲੰਘ ਰਹੇ ਸੀ, ਲੰਘਦਿਆਂ ਲੰਘਦਿਆਂ ਦੇਖਿਆ ਕਿ ਬਗਲੇ ਦੇ ਮੂੰਹ ਦੇ ਵਿੱਚ ਕੋਈ ਖਾਣ ਵਾਲਾ ਜਾਨਵਰ ਪਾਇਆ ਹੋਇਆ, ਡੱਡ ਕਹਿ ਲਓ, ਉਸ ਨੂੰ ਤਾਂ ਭੜਕਾਉਂਦਾ ਫਿਰ ਆਪਣੇ ਮੂੰਹ ਦੇ ਵਿੱਚ ਪਾ ਲੈਂਦਾ। ਭਗਤ ਪ੍ਰੀਤ ਜੀ ਨੇ ਕੌਤਕ ਦੇਖਿਆ, ਦੇਖਦਿਆਂ ਦੇਖਦਿਆਂ ਹੀ ਭਗਤ ਪ੍ਰੀਤ ਜੀ ਦੇ ਇਸ ਬਗਲੇ ਦੀ ਮੌਤ ਹੋ ਗਈ। ਭਗਤ ਪ੍ਰੀਤ ਜੀ ਨੇ ਫਿਰ ਇਸ ਸ਼ਲੋਕ ਉਚਾਰਨ ਕੀਤਾ, ਪ੍ਰੀਤਾ ਦੇਖ ਦਰਿਆ ਵੇਖਣ ਬਗਲਾ ਬੈਠਾ ਕੇਲ ਕਰੇ, ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ। ਇਹਨੂੰ ਪਤਾ ਹੀ ਨਹੀਂ ਸੀ ਕੋਈ ਕਿ ਮੇਰੀ ਮੌਤ ਆ ਜਾਣੀ, ਅਚਿੰਤੇ ਹੀ ਬਾਜ ਪੈ ਗਈ, ਆਪਣੇ ਮਨ ਨੂੰ ਡਰਾਇਆ ਬਣਾ, ਇੱਕ ਦਿਨ ਇਹ ਹਾਲ ਤੇਰਾ ਵੀ ਕੌਣ ਹੋਣਾ, ਇਸ ਕਰਕੇ ਤੈਨੂੰ 84 ਲੱਖ ਦਾ ਰਾਜਾ ਬਣਾ ਕੇ ਇਸ ਸੰਸਾਰ ਦੇ ਵਿੱਚ ਘੱਲਿਆ, ਤੇਰੇ ਕੋਲ ਸਭ ਕੁਝ ਹੈ, ਤੈਨੂੰ ਖਾਣ ਪੀਣ ਐਸਾ ਸੀ, ਤੈਨੂੰ ਪਰਮਾਤਮਾ ਨੇ ਤੈਨੂੰ ਸਭ ਕੁਝ ਦਿੱਤਾ, ਅੱਤ ਸੁਚੀ ਤੇਰੀ ਪਾਕ ਸਾਹਿਬਾ। ਕਹਿੰਦੇ ਜਿਸ ਵਿੱਚ ਤੇਰਾ ਭਗਵਾਨ ਬਣਦਾ ਨਾ ਉਹ ਕਿੰਨੀ ਵਧੀਆ ਰਸੋਈ ਹੈ, ਅਤੇ ਜਿਹੜੇ ਦੂਸਰੇ ਜੀਵ ਹੈ ਉਹ ਕੰਨ ਫੂਲ ਖਾ ਕੇ ਗੁਜ਼ਾਰਾ ਕਰਦੇ ਹੈ। ਅਤੇ ਆਓ ਭਗਤ ਪ੍ਰੀਤ ਜੀ ਦੇ ਉਹਨਾਂ ਵਚਨਾਂ ਦੇ ਨਾਲ ਜੁੜੀਏ, ਸਤਿਗੁਰੂ ਦੀ ਬਖਸ਼ਿਸ਼ ਕਰ। Thank you.
Thank you.
ਸਾਨੂੰ ਉਹ ਗੱਲ ਹੀ ਰੱਬ ਦੀ ਆ। ਕਈ ਵਾਰੀ ਅਸੀਂ ਦੇਖਦੇ ਹਾਂ ਸਾਨੂੰ ਚਿੰਤ ਚਿੰਤਾ ਵੀ ਨਹੀਂ ਹੁੰਦਾ ਕਿ ਕਿਹਦੀ ਮੌਤ ਹੋ ਜਾਣੀ ਆ। ਆਹ ਥੋੜ੍ਹੇ ਦਿਨ ਹੋਏ ਤੁਸੀਂ ਖਬਰ ਪੜ੍ਹੀ ਹੋਵੇਗੀ, ਟੀ ਵੀ 'ਤੇ ਵੀ ਚੱਲਦੀ ਸੀ ਖਬਰ, ਇੱਕ ਲੜਕੇ ਦੀ ਸ਼ਾਦੀ ਹੋਈ, ਜਿਸ ਸਮੇਂ ਉਹਦੀ ਘਰ ਵਾਲੀ ਨੇ ਉਹਦੇ ਗਲ ਦੇ ਵਿੱਚ ਜੈਮਾਲਾ ਪਾਈ, ਅਤੇ ਜਿਸ ਸਮੇਂ ਉਹ ਲੜਕਾ ਜੈਮਾਲਾ ਪਾਉਣ ਲੱਗਾ ਅਤੇ ਉਹਦੀ ਮੌਤ ਹੋ ਗਈ। ਆਖੋ ਸਤਨਾਮ। ਉਸ ਲੜਕੇ ਦੀ ਮੌਤ ਹੋ ਗਈ, ਉਹਦਾ ਸਮਾਂ ਹੀ ਇਸ ਤਰ੍ਹਾਂ ਸੀ। ਪਹਿਲਾਂ ਉਹਦਾ ਵਿਆਹ ਹੋਣਾ ਸੀ, ਫਿਰ ਉਹਦੀ ਮੌਤ ਹੋਣੀ ਸੀ। ਇਸੇ ਤਰ੍ਹਾਂ ਆਪਣੇ ਸਮੇਂ ਦੇ ਬ੍ਰਹਮ ਗਿਆਨੀ ਭਾਈ ਬੁਖਾਰੀ ਜੀ ਹੋਏ ਆ, ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਸਮੇਂ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ। ਉਹਨਾਂ ਦਾ ਇਕਲੌਤਾ ਪੁੱਤਰ ਸੀ, ਬ੍ਰਹਮ ਗਿਆਨੀ ਸੀ, ਅਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਕੋਲ ਆਗਿਆ ਲੈ ਕੇ ਆਪਣੇ ਨਗਰ ਗੜ੍ਹ ਸੰਗਤ ਚਲੇ ਗਏ। ਉੱਥੇ ਸਤਿਗੁਰਾਂ ਨੇ ਇਹਨੂੰ ਹੁਕਮ ਦਿੱਤਾ ਕਿ ਉੱਥੇ ਸਿੱਖੀ ਦਾ ਪ੍ਰਚਾਰ ਕਰਨਾ, ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਨਾਲ ਜੋੜਨਾ। ਬੜੇ ਪਿਆਰ ਵਾਲਾ ਸਿੱਖ ਸੀ ਅਤੇ ਇਹ ਸਤਿਗੁਰਾਂ ਤੋਂ ਆਗਿਆ ਲੈ ਕੇ ਚੱਲਿਆ ਗਿਆ। ਇਹਨੇ ਜਿੱਥੇ ਆਪਣੀਆਂ ਸੰਸਾਰਕ ਜ਼ਿੰਮੇਵਾਰੀਆਂ ਸਮਝੀਆਂ, ਆਪਣੇ ਬੱਚੇ ਵੀ, ਉਹਨਾਂ ਦੇ ਵਿਆਹ ਸ਼ਾਦੀ ਵੀ ਕੀਤੇ, ਅਤੇ ਸਾਧ ਸੰਗਤ ਅੱਜ ਇਹਨੇ ਆਪਣੇ ਇਕਲੌਤੇ ਪੁੱਤਰ ਦੀ ਸ਼ਾਦੀ ਵਿਆਹ ਕਰਨ ਦਾ ਪ੍ਰੋਗਰਾਮ ਰੱਖਿਆ। ਇਹਦਾ ਪੁੱਤਰ ਨੌਜਵਾਨ ਹੋਇਆ ਅਤੇ ਸਾਧ ਸੰਗਤ ਇੱਧਰ ਇਹਨੇ ਵਿਆਹ ਕਰਨ ਦਾ ਪ੍ਰੋਗਰਾਮ ਰੱਖਿਆ ਅਤੇ ਘਰ ਦੇ ਵਿੱਚ ਬੜੀਆਂ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ। ਹਲਵਾਈ ਲੱਗੇ ਆ, ਮਠਿਆਈਆਂ ਪੱਕ ਰਹੀਆਂ। ਦੂਸਰੇ ਪਾਸੇ ਭਾਈ ਗੁਰਮੁਖ ਨੇ ਸਤਿਗੁਰਾਂ ਦੇ ਪਾਪ ਚਰਨਾਂ ਵਿੱਚ ਇਹ ਬੇਨਤੀ ਕੀਤੀ, ਪਾਤਸ਼ਾਹ ਕੋਈ ਇਹੋ ਜਿਹਾ ਮਨੁੱਖ, ਕੋਈ ਇਹੋ ਜਿਹਾ ਬੰਦਾ ਮਿਲਾਓ ਜਿਹੜਾ ਜੰਮਣ ਮਰਨ ਨੂੰ ਇੱਕ ਸਮਾਨ ਸਮਝਦਾ ਹੋਵੇ, ਪਾਣੀ ਵਿੱਚ ਰਹਿਣ ਵਾਲਾ ਹੋਵੇ। ਕਹਿੰਦੇ ਜਿਸ ਸਮੇਂ ਸਤਿਗੁਰਾਂ ਨੇ ਇਹ ਬਚਨ ਸੁਣੇ ਅਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਹਿਣ ਲੱਗੇ, ਸਾਡਾ ਬੜਾ ਪਿਆਰ ਵਾਲਾ ਸਿੱਖ ਭਾਈ ਬੁਖਾਰੀ ਗੜ੍ਹ ਸੰਗਤ ਦੀ ਧਰਤੀ 'ਤੇ ਰਹਿੰਦਾ, ਉਹਦੇ ਘਰ ਚਲਿਆ ਜਾ। ਜਿਸ ਸਮੇਂ ਭਾਈ ਗੁਰਮੁਖ ਇੱਥੇ ਪਹੁੰਚਿਆ, ਇਹ ਬੜੀ ਆਪ ਭਗਤ ਕੀਤੀ, ਚਰਨਾਮਤ ਕੀਤੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਸਿੱਖਾਂ ਦਾ ਆਪਸੀ ਬੜਾ ਮੇਲ ਮਿਲਾਪ ਹੋਇਆ ਕਰਦਾ ਸੀ। ਅਤੇ ਸਤਿਗੁਰਾਂ ਨੇ ਤਾਂ ਗੁਰਬਾਣੀ ਵਿੱਚ ਇਹੀ ਬਖਸ਼ਿਸ਼ ਕੀਤੀ ਹੈ, ਏਕ ਪਿਤਾ ਏਕ ਸਕੀ ਹਮ ਬਾਰਕ ਤੂੰ ਮੇਰਾ ਗੁਰੂ ਆਏ, ਸਾਨੂੰ ਸਾਰਿਆਂ ਨੂੰ ਭਾਈ ਭਾਈ ਬਣ ਕੇ ਰਹਿਣਾ ਚਾਹੀਦਾ। ਸੋ ਉਸ ਸਮੇਂ ਦੇ ਸਿੱਖਾਂ ਦਾ ਬੜਾ ਪਿਆਰ ਹੋਇਆ ਕਰਦਾ ਸੀ, ਕਈ ਕਈ ਦਿਨ ਇੱਕ ਦੂਸਰੇ ਦੇ ਘਰ ਰਹਿ ਜਾਇਆ ਕਰਦੇ ਸੀ। ਭਾਈ ਬੁਖਾਰੀ ਕੋਲ ਬੈਠਾ ਸੰਗਤ ਕੀਤੀ ਅਤੇ ਗੁਰੂ ਦੀਆਂ ਗੱਲਾਂ ਹੋ ਰਹੀਆਂ, ਅਤੇ ਸਾਧ ਸੰਗਤ ਇੱਧਰ। ਭਾਈ ਬੁਖਾਰੀ ਇੱਕ ਦਿਨ ਭਾਈ ਗੁਰਮੁਖ ਨੂੰ ਇੱਕ ਕਮਰੇ ਦੇ ਵਿੱਚ ਲੈ ਕੇ ਗਿਆ, ਜਿੱਥੇ ਪ੍ਰਾਣੀ ਦੇ ਜਾਣ ਤੋਂ ਬਾਅਦ, ਪ੍ਰਾਣੀ ਦੇ ਮਰਨ ਤੋਂ ਬਾਅਦ ਸਾਰੀ ਸਮੱਗਰੀ ਵਰਤੀ ਜਾਂਦੀ ਹੈ। ਅੱਜ ਭਾਈ ਸਾਹਿਬ ਜੀ ਤੋਂ ਰਿਹਾ ਨਾ ਗਿਆ, ਕਹਿਣ ਲੱਗੇ ਭਾਈ ਸਾਹਿਬ ਇੱਕ ਪਾਸੇ ਤੁਹਾਡੇ ਘਰ ਤੁਹਾਡੇ ਪੁੱਤਰ ਦਾ ਵਿਆਹ, ਬੜੀਆਂ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ, ਹਲਵਾਈ ਲੱਗੇ ਆ, ਮਠਿਆਈਆਂ ਪੱਕ ਰਹੀਆਂ, ਦੂਸਰੇ ਪਾਸੇ ਇਹ ਜਿਹੜਾ ਸਮਾਨ ਪਿਆ ਇਹ ਪ੍ਰਾਣੀ ਦੇ ਜਾਣ ਤੋਂ ਬਾਅਦ ਮੌਤ ਤੋਂ ਬਾਅਦ ਵਰਤਿਆ ਜਾਂਦਾ। ਇਹ ਭਾਈ ਸਾਹਿਬ ਜੀ ਕਹਿਣ ਲੱਗੇ ਕਿ ਉਸ ਸਮਾਂ ਤੋਂ ਇੱਥੇ ਠਹਿਰ, ਕੋਈ ਭਾਣਾ ਭਾਪਾ ਨਾ। ਸਾਧ ਸੰਗਤ ਭਾਈ ਬੁਖਾਰੀ ਦੇ ਪੁੱਤਰ ਦੀ ਬਰਾਤ ਗਈ, ਬੜੀ ਧੂਮਧਾਮ ਦੇ ਨਾਲ ਵਿਆਹ ਹੋਇਆ, ਅਤੇ ਸਾਧ ਸੰਗਤ ਇਹਨੂੰ ਸਮਾਂ ਨਾ ਮਿਲਿਆ ਕਿ ਆਪਣੇ ਘਰ ਵਾਲੀ ਦਾ ਮੁੱਖ ਵੀ ਦੇਖ ਸਕੇ, ਅਤੇ ਸਾਧ ਸੰਗਤ ਭਾਈ ਬੁਖਾਰੀ ਦੇ ਪੁੱਤਰ ਦੀ ਮੌਤ ਹੋ ਗਈ। ਮੌਤ ਹੋਈ ਅਤੇ ਸਾਧ ਸੰਗਤ ਭਾਈ ਗੁਰਮੁਖ ਤੋਂ ਰਹਿ ਨਾ ਗਿਆ, ਕਹਿਣ ਲੱਗੇ ਭਾਈ ਸਾਹਿਬ ਜਦੋਂ ਤੁਹਾਨੂੰ ਪਤਾ ਸੀ ਕਿ ਮੇਰੇ ਪੁੱਤਰ ਦੀ ਮੌਤ ਹੋ ਜਾਣੀ ਆ ਵਿਆਹ ਤੋਂ ਬਾਅਦ, ਅਤੇ ਤੁਸੀਂ ਦੋ ਦਿਨ ਵਿਆਹ ਮੁਕਾ ਲੈਣਾ ਸੀ, ਅਤੇ ਭਾਈ ਸਾਹਿਬ ਜੀ ਕਹਿਣ ਲੱਗੇ ਲੇਖ ਨਾ ਮਿੱਟੀ ਇਹ ਸਖੀ ਜੋ ਲਿਖਿਆ ਕਰਤਾ। ਕਹਿੰਦੇ ਜਿਹੜੇ ਪਰਮਾਤਮਾ ਨੇ ਲੇਖ ਲਿਖ ਦਿੱਤੇ ਉਹਨਾਂ ਨੂੰ ਮੈਂ ਬਤਾ ਨਹੀਂ ਸਕਦਾ, ਮੇਰੇ ਪੁੱਤਰ ਦੀ ਮੌਤ ਹੀ ਇਸ ਤਰ੍ਹਾਂ ਲਿਖੀ ਹੋਈ ਸੀ, ਪਹਿਲਾਂ ਇਹਦਾ ਵਿਆਹ ਹੋਣਾ ਸੀ, ਉਸ ਤੋਂ ਬਾਅਦ ਇਹਦੀ ਮੌਤ ਹੋਣੀ ਸੀ। ਇਸ ਕਰਕੇ ਭਾਈ ਸਾਹਿਬ ਜੀ ਕਹਿੰਦੇ ਪਰਮਾਤਮਾ ਦੇ ਲਿਖੇ ਹੋਏ ਲੇਖਾਂ ਨੂੰ ਕੋਈ ਬਤਾ ਨਹੀਂ ਸਕਦਾ, ਜਿੰਨੇ ਸਵਾਸ ਪਰਮਾਤਮਾ ਨੇ ਦਿੱਤੇ ਹੈ ਅਸੀਂ ਉਹ ਨਹੀਂ ਲੈ ਸਕਦੇ, ਹਮ ਆਦਮੀ ਹਾਂ ਇੱਕ ਦਮੀ ਬਹੁਤ ਬਹੁਤ ਨਾ ਜਾਣੇ। ਅਤੇ ਸਾਧ ਸੰਗਤ ਅੱਜ ਭਾਈ ਬੁਖਾਰੀ ਜੀ ਉਸੇ ਤਰ੍ਹਾਂ ਭਾਣਾ ਮੰਨਦੇ ਹੋਏ ਆਪਣੇ ਪੁੱਤਰ ਦੇ ਅੱਗੇ ਖੜਤਾਲਾਂ ਲੈ ਕੇ ਨਾਮ ਜਪਦੇ ਹੋਏ ਸਿਮਰਨ ਕਰਦੇ ਹੋਏ ਜਾ ਰਹੇ, ਕਿਉਂਕਿ ਇੱਕੋ ਇੱਕ ਚੀਜ਼ ਹੈ ਜਿਹੜੀ ਪ੍ਰਾਣੀ ਦੇ ਨਾਲ ਜਾਂਦੀ ਹੈ, ਜਿੱਥੇ ਆਹ ਘੱਟ ਗਲੀਆਂ ਪੀੜੀਆਂ ਤਿੱਥੇ ਹਰ ਹਰ ਨਾਮ ਚੜਾਏ। ਭਗਤ ਫਰੀਦ ਜੀ ਬਖਸ਼ਿਸ਼ ਕਰਦੇ ਆ, ਫਰੀਦਾ ਜਿੱਤ ਦਿਹਾੜੇ ਧੰਨ ਕਰੀ ਸਾਹ ਹੀ ਲੈ ਲਿਖਾਏ, ਕਹਿੰਦੇ ਜਦੋਂ ਤੂੰ ਸੰਸਾਰ ਵਿੱਚ ਆਇਆ ਸਭ ਤੋਂ ਪਹਿਲਾਂ ਤੇਰੇ ਸਾਹ ਲਿਖੇ ਗਏ, ਮਰਨ ਲਿਖਾਈ ਮੰਡਲ ਮੈਂ ਆਏ, ਜੀਵਨ ਸਾਜੀ ਮਾਏ, ਸਭ ਤੋਂ ਪਹਿਲਾਂ ਤੇਰੇ ਸਵਾਸ ਲਿਖੇ ਗਏ, ਜਿੱਤ ਦਿਹਾੜੇ ਧੰਨ ਭਰੀ ਸਾਹੀ ਲੈ ਲਿਖਾਏ, ਮਰਕ ਜਿਕਰ ਦੀ ਸੂਈ ਦਾ ਮੂੰਹ ਦਿਖਾਲੇ ਆਏ, ਜਿੰਦਨ ਮਾੜੀ ਕੱਢੀ ਹਿੱਟਾਂ ਕੁੜਕਾਏ, ਸਾਹੇ ਲਿਖੇ ਨਦਰ ਨੇ ਜਿੰਦੂ ਕੋ ਸੁਲਜਾਏ,
ਜਿੰਦ ਪਹੁੰਚ ਕੇ ਮਰਨ ਮਾਰ ਲੈ ਜਾਸੀ ਬਣਾਏ ਆਪਣ ਹੱਥੀ ਜੋੜ ਕੇ ਕਹਿ ਗੱਲ ਲੱਗੀ ਤਾਏ ਬਾਲੋ ਨਿੱਕੀ ਔਰ ਸਲਾਤ ਕੰਨੀ ਨਾ ਸੁਣੀ ਆਈ ਔਰ ਸਲਾਤ ਦਾ ਇੱਕ ਫਲ ਹੈ ਉਹ ਬਾਲ ਨਾ ਉਮਰੀਕ ਹੈ ਤਲਵਾਰ ਨਾ ਦੇਖਾ ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਏ ਕੋਈ ਚੰਗਾ ਕੰਮ ਨਹੀਂ ਕੀਤਾ ਸੰਸਾਰ ਦੇ ਵਿੱਚ ਵਿਚਰਦਿਆਂ ਨਾਮ ਨਹੀਂ ਲੱਭਿਆ ਸਿਮਰਨ ਨਹੀਂ ਕੀਤਾ ਅਤੇ ਸਾਧ ਸੰਗਤ ਤੋਂ ਨਰਕਾਂ ਦੇ ਵਿੱਚ ਨਿਕਲੀ ਜਾਂਦੀ ਹੈ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਬਾਲੋ ਨਿੱਕੀ ਔਰ ਸਲਾਤ ਕੰਨੀ ਨਾ ਸੁਣੀ ਆਏ ਉੱਥੇ ਕੋਈ ਕਿਸੇ ਦੀ ਆਵਾਜ਼ ਨਹੀਂ ਸੁਣਦਾ ਰੀਡਾ ਕਰੀ ਪਵਨ ਦੇ ਖੜਾ ਨਾਮ ਕਮਾਏ ਉਹ ਫਿਰ 84 ਦੇ ਚੱਕਰ ਵਿੱਚ ਪੈਂਦੀ ਹੈ ਅਤੇ ਜਿਨ੍ਹਾਂ ਨੇ ਨਾਮ ਜਪਿਆ ਸਿਮਰਨ ਕੀਤਾ ਕੋਈ ਪਰਉਪਕਾਰ ਦੇ ਕੰਮ ਕੀਤੇ ਇਸ ਸੰਸਾਰ ਦੇ ਵਿੱਚ ਸੂਬੇਦਾਰ ਸਰਦਾਰ ਮਹਿੰਦਰ ਸਿੰਘ ਜੀ ਉਹਨਾਂ ਵਾਂਗੂ ਸੋ ਸਤਿਗੁਰੂ ਜੀ ਬਖਸ਼ਿਸ਼ ਕਰਨ ਰਹਿਮਤ ਕਰਨ ਜਿੱਥੇ ਉਹਨਾਂ ਨੇ ਇੱਥੇ ਸਮਾਜ ਦੇ ਕੰਮ ਕਰਕੇ ਆਪਣੇ ਪੁੱਤਰਾਂ ਨੂੰ ਆਪਣੇ ਪਰਿਵਾਰ ਨੂੰ ਇੰਨੇ ਪਿਆਰ ਦੇ ਨਾਲ ਇੰਨੇ ਸਮਾਜ ਦੇ ਨਾਲ ਜੋੜਿਆ ਜਿੱਥੇ ਅੱਜ ਉਹਨਾਂ ਦੇ ਅੰਤਿਮ ਅਰਦਾਸ ਦੇ ਵਿੱਚ ਇੰਨੇ ਇਕੱਠ ਨੂੰ ਦੇਖ ਕੇ ਕਿਉਂਕਿ ਸਭ ਤੋਂ ਪਹਿਲਾਂ ਕਬੀਰ ਜਿਸ ਮਰਨੇ ਅਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੁੰਦੀ ਪਾਈਏ ਪੂਰਨ ਪਰਮਾਨੰਦ ਪ੍ਰਾਪਤੀ ਹੈ ਅਤੇ ਮਰਨ ਤੋਂ ਬਾਅਦ ਹੈ ਸੋ ਉਹਨਾਂ ਦੇ ਬੇਟੇ ਸਰਦਾਰ ਗੁਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਪਿਤਾ ਦੀ ਅੰਤਿਮ ਅਰਦਾਸ ਦੇ ਵਿੱਚ ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਤਿਕਾਰ ਕਰਦਿਆਂ ਹੋਇਆ ਉਹਨਾਂ ਦੀ ਨਿਮਿਤ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜਾਪ ਗੁਰਬਾਣੀ ਦੇ ਕੀਰਤਨ ਹੋ ਰਹੇ ਆ ਆਪ ਬੜੇ ਪਿਆਰ ਦੇ ਨਾਲ ਸੰਗਤਾਂ ਬੈਠ ਕੇ ਸੁਣ ਰਹੇ ਹੋ ਸੋ ਸਤਿਗੁਰੂ ਦੀ ਬਖਸ਼ਿਸ਼ ਕਰਨ ਆਪਾਂ ਸਾਰਿਆਂ ਨੇ ਇਹ ਅਰਦਾਸ ਕਰਨੀ ਹੈ ਸਤਿਗੁਰੂ ਜੀ ਵਿੱਚ ਕਿਉਂਕਿ ਆਤਮਾ ਨੂੰ ਆਪਣੇ ਮੁਬਾਰਕ ਚਰਨਾਂ ਵਿੱਚ ਤਾਂ ਬਖਸ਼ਿਸ਼ ਕਰਿਓ ਵਿੱਚੇ ਪਰਿਵਾਰ ਨੂੰ ਸਾਖ ਸਕੂਲੀਆਂ ਨੂੰ ਬੱਚਿਆਂ ਨੂੰ ਭਾਣਾ ਮੰਨਣ ਦਾ ਵੱਲ ਬਖਸ਼ਿਸ਼ ਕਰਿਓ ਸੋ ਸਤਿਗੁਰੂ ਦੀ ਬਖਸ਼ਿਸ਼ ਕਰਨ ਆਓ ਇੱਕ ਸ਼ਬਦ ਦੁਆਰਾ ਆਪਾਂ ਹਾਜ਼ਰੀ ਭਰਨੀ ਆ ਹਰ ਜੀਓ ਮੇਰੇ ਹਰ ਜੀਓ ਸਭ ਕੋ ਤੇਰੇ ਬਸ ਅਸਾਂ ਜੋਰ ਨਹੀਂ ਜੇ ਕੁਛ ਕਰ ਹਮ ਸਕੇ ਜੋ ਭਾਵੇ ਤੇਰੇ ਬਸ ਸਤਿਗੁਰੂ ਜੀ ਆਪ ਜੀ ਦੀ ਵਸਤੂ ਸੀ ਆਪ ਲੈ ਗਏ ਹੋ ਕਿਰਪਾ ਕਰਿਓ ਰਹਿਮਤ ਕਰਿਓ ਉਹਨਾਂ ਨੂੰ ਆਪਣੇ ਮੁਬਾਰਕ ਚਰਨਾਂ ਵਿੱਚ ਥਾਂ ਬਖਸ਼ਿਸ਼ ਕਰਿਓ ਪਰਿਵਾਰ ਨੂੰ ਸਾਖ ਸਕੂਲੀਆਂ ਨੂੰ ਬੱਚਿਆਂ ਨੂੰ ਭਾਣਾ ਵੱਲ ਬਖਸ਼ਿਸ਼ ਕਰਿਓ ਆਓ ਸ਼ਬਦ ਦੁਆਰਾ ਹਾਜ਼ਰੀ ਭਰ ਕੇ ਨਾਲ ਆਨੰਦ ਸਿੰਘ ਜੀ ਦੇ ਪਾਠ ਉਪਰੰਤ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਅਰਦਾਸ ਕਰਾਂਗੇ ਸੋ ਜਿਨ੍ਹਾਂ ਦੇ ਹੁਕਮ ਦੁਆਰਾ ਇਲਾਜ ਦਾ ਜਥਾ ਇੱਥੇ ਪਹੁੰਚਿਆ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਬੈਂਕ ਵਾਲੇ ਜੋ ਆਸਟ੍ਰੇਲੀਆ ਦੇ ਵਿੱਚ ਗਏ ਹੋਏ ਹੈ ਉਹਨਾਂ ਨੇ ਅਰਦਾਸ ਦੀ ਡਿਊਟੀ ਲਾਈ ਭਜਨਗੜ ਗੁਰਦੁਆਰਾ ਸਾਹਿਬ ਵਿਖੇ ਤੋਂ ਇਹ ਜਥਾ ਪਹੁੰਚਿਆ ਸੋ ਸਰਦਾਰ ਸੁਖਵਿੰਦਰ ਸਿੰਘ ਜੀ ਉਹਨਾਂ ਦੀ ਦੌਲਤ ਦਾਸਾਂ ਨੂੰ ਆਪ ਸੰਗਤਾਂ ਦੇ ਦਰਸ਼ਨ ਹੋਏ ਆ ਸੋ ਗੁਰਬਾਣੀ ਦੇ ਕੀਰਤਨ ਕਰਦੇ ਹਾਂ ਵਿਚਾਰਾਂ ਕਰਦੇ ਹਾਂ ਉਹਨਾਂ ਫੁੱਲਾਂ ਦੀ ਖਿਮਾ ਸਤਿਗੁਰੂ ਦੀ ਬਖਸ਼ਿਸ਼ ਕਰ ਰਹਿਮਤ ਕਰਨ ਆਓ ਇਸ ਸ਼ਬਦ ਦੁਆਰਾ ਹਾਜ਼ਰੀ ਬਾਣੀ ਨਾਲ ਇਹ ਸਮਾਪਤੀ ਕਰਾਂ ਹਰ ਜੀਓ ਸਭ ਕੋ ਤੇਰੇ ਬਸ Thank you.
ਬੜੇ ਲਾਡ ਦੇ ਨਾਲ ਕਦੇ ਹੋਰ ਕਹਿੰਦੀ ਹੈ ਕਿ ਪੁੱਤ
ਸਰਦਾ ਕਹਿੰਦੀ ਹੈ ਕਿਉਂਕਿ ਛੋਟਾ ਜਿਹਾ ਬੱਚਾ ਹੁੰਦਾ ਹੋਵੇ ਨਾ ਉਹਦੇ ਮਨ ਦੇ ਵਿੱਚ ਕੋਈ ਗੱਲ ਨਹੀਂ ਉਹ ਪਰਮਾਤਮਾ ਦਾ ਰੂਪ ਹੁੰਦਾ ਸਤ ਸੰਗਤ ਉਹਨੂੰ ਕਿਸੇ ਨਾਲ ਕੋਈ ਵੈਰ ਕਰੋ ਦਿੰਦਿਆਂ ਕੋਈ ਈਰਖਾ ਬਾਜ ਦੀ ਕੋਈ ਗੱਲ ਨਹੀਂ ਹੁੰਦੀ ਜਨਨੀ ਜਾਨਕ ਸੁਖ ਵੱਡਾ ਰੂਪ ਹੈ ਮਾਂ ਕਹਿੰਦੀ ਮੇਰਾ ਪੁੱਤਰ ਵੱਡਾ ਹੁੰਦਾ ਬੜੇ ਪਿਆਰ ਦੇ ਨਾਲ ਕਦੇ ਮੋਰ ਕਹਿੰਦੀ ਕਦੇ ਤੋਤਾ ਕਹਿੰਦੀ ਬੜੇ ਲਾਡ ਦੇ ਨਾਲ ਕਹਿੰਦੀ ਪਰ ਭਗਤ ਕਬੀਰ ਜੀ ਕਹਿੰਦੇ ਇਤਨਕ ਨਾ ਜਾਣੇ ਕਿ ਦਿਨ ਦਿਨ ਅਬਦ ਘਟਦਾ ਕਹਿੰਦੇ ਇਹਨੂੰ ਇਹ ਨਹੀਂ ਪਤਾ ਕਿ ਮੇਰੇ ਪੁੱਤਰ ਦੀ ਯਾਦ ਜੋ ਦਿਨ ਦਿਨ ਘਟਦੀ ਜਾਂਦੀ ਮੋਰ ਮੋਰ ਕਰ ਅਧਿਕ ਲਾਡ ਧਰ ਪੇਖਤ ਹੀ ਜਮਰਾ ਕਹਿੰਦੇ ਧਰਮ ਰਾਜਾ ਇਹਦੇ ਭੋਲੇਪਨ ਨੂੰ ਦੇਖ ਕੇ ਹੱਸਦੇ ਸਾਧ ਸੰਗਤ ਮਾਤਾ ਪਿਤਾ ਸਭ ਤੋਂ ਵੱਡੇ ਟੀਚਰ ਸਭ ਤੋਂ ਵੱਡੇ ਉਸਤਾਦ ਹੁੰਦੇ ਆ ਜਿਹੜੇ ਸਾਨੂੰ ਚੱਲਣਾ ਸਿਖਾਉਂਦੇ ਆ ਕਰਨਾ ਸਿਖਾਉਂਦੇ ਆ ਸਮਾਜ ਦੇ ਵਿੱਚ ਰਹਿਣਾ ਸਿਖਾਉਂਦੇ ਆ ਜਿਸ ਘਰ ਦੇ ਵਿੱਚ ਬਜ਼ੁਰਗ ਮਾਤਾ ਪਿਤਾ ਬੈਠੇ ਹੁੰਦੇ ਆ ਤੇ ਸਾਧ ਸੰਗਤ ਸਰਵਣ ਕੋਈ ਭਗਤ ਨਹੀਂ ਸੀ ਉਹਨੂੰ ਲੋਕ ਭਗਤ ਕਿਉਂ ਕਹਿਣ ਲੱਗ ਪਏ ਇਹ ਆਪਣੀ ਮਨਾਖੇ ਮਾਤਾ ਪਿਤਾ ਨੂੰ ਮਹਿੰਗੀ ਦੇ ਵਿੱਚ ਬਿਠਾ ਕੇ ਥਾਂ ਥਾਂ ਜਾਇਆ ਕਰਦਾ ਸੀ ਜਿੱਥੇ ਵੀ ਬਾਹਰ ਹੁੰਦੀ ਸੀ ਪਹਿਲਾਂ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਕਰਦਾ ਸੀ ਉਸ ਤੋਂ ਬਾਅਦ ਆਪ ਛਕਿਆ ਕਰਦਾ ਸੀ ਸਾਧ ਸੰਗਤ ਬਜ਼ੁਰਗ ਜਿਹੜੇ ਹੁੰਦੇ ਆ ਨਾ ਘਰ ਦਾ ਬੋੜ ਹੁੰਦੀ ਹੈ ਜਿਸ ਤਰ੍ਹਾਂ ਬੋੜ ਇੱਕ ਇਹੋ ਜਿਹਾ ਦਰਖਤ ਹੈ ਇਸ ਦਰਖਤ ਦੀ ਛਾਵੇਂ ਵੀ ਖੜਿਆ ਜਾਂਦਾ ਗਰਮੀ ਦੇ ਵਿੱਚ ਤੇ ਜਦੋਂ ਮੀਂਹ ਹਨੇਰੀ ਹੋਵੇ ਤੇ ਉਸ ਸਮੇਂ ਵੀ ਬਹੁਤ ਸਾਰੇ ਇਹਦਾ ਆਸਰਾ ਲੈਂਦੇ ਆ ਇਸੇ ਤਰ੍ਹਾਂ ਮਾਤਾ ਪਿਤਾ ਜਿਹੜੇ ਹੁੰਦੇ ਆ ਬੋੜ ਦੀ ਨਿਆਈ ਹੁੰਦੇ ਆ ਮਾਤਾ ਸੁਪਿਤਾ ਦੇ ਸਿਰ ਤੇ ਬੜੀਆਂ ਐਸਾ ਕਰਦੇ ਆ ਆਪਾਂ ਮਾਤਾ ਪਿਤਾ ਦੇ ਹੁੰਦੇ ਆ ਸਮਾਜ ਦੇ ਵਿੱਚ ਜਦੋਂ ਮਾਤਾ ਪਿਤਾ ਚਲੇ ਜਾਣ ਸਾਧ ਸੰਗਤ ਉਸੇ ਸਮੇਂ ਤੇ ਸਾਨੂੰ ਨਿਕਲ ਪੈ ਜਾਂਦਾ ਸਾਧ ਸੰਗਤ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਨਾਨਕ ਸਾਹਿਬ ਕਲੇਰਾਂ ਵਾਲੇ ਉਹਨਾਂ ਦੇ ਵਚਨ ਹੈ ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਆਉਣ ਸਮੇਂ ਇਹ ਸੋਚਣਾ ਕਿ ਮੈਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਦਾ ਉਹਨਾਂ ਨੂੰ ਸਮੇਂ ਸਿਰ ਪ੍ਰਸ਼ਾਦਾ ਪਾਣੀ ਦਿੰਦਾ ਕਾਹੇ ਪੂਰਤ ਜਗਤ ਕਹੋ ਸੰਤ ਬਾਪ ਜਿਨ ਕੇ ਜਣੇ ਪੀਰੇ ਕਹੋ ਤਿੰਨ ਸੌ ਜਗਤ ਬਾਪ ਧੰਨ ਬਾਬਾ ਨਾਨਕ ਸਿੰਘ ਜੀ ਦੇ ਕੋਲ ਇੱਕ ਮੇਰੀ ਇੱਕ ਗੁਰਮੁਖ ਪਿਆਰਾ ਆਇਆ ਕਿ ਕਹਿਣ ਲੱਗਾ ਬਾਬਾ ਜੀ ਘਰ ਵਿੱਚ ਬੜੀਆਂ ਰਹਿਮਤਾਂ ਬੜੀਆਂ ਬਖਸ਼ਿਸ਼ਾਂ ਪੈਰੀ ਪੱਠੇ ਦੀ ਜ਼ਮੀਨ ਦੀ ਮਾਲ ਡੰਗਰ ਦੀ ਕੋਈ ਘਾਟ ਨਹੀਂ ਪਰ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਬਰਕਤ ਨਹੀਂ ਪੈਂਦੀ ਬਾਬਾ ਜੀ ਨੇ ਪੁੱਛਿਆ ਗੁਰਮੁਖਾ ਮੇਰੇ ਘਰ ਦੇ ਵਿੱਚ ਕੋਈ ਬਜ਼ੁਰਗ ਬੈਠਾ ਆਖਿਆ ਮੇਰੀ ਮਾਂ ਬੜੀ ਬਿਰਧ ਹੈ ਪਹਿਲਾਂ ਪ੍ਰਸ਼ਾਦਾ ਪਾਣੀ ਆਪੇ ਆਪਣਾ ਪਕਾਇਆ ਕਰਦੀ ਸੀ ਹੁਣ ਜ਼ਿਆਦਾ ਬਿਰਧ ਕਿਉਂਕਿ ਮੇਰੇ ਬੱਚੇ ਆ ਕਈ ਵਾਰੀ ਉਹਨੂੰ ਪ੍ਰਸ਼ਾਦਾ ਦੇ ਨਹੀਂ ਆਉਂਦੇ ਕਈ ਵਾਰੀ ਭੁੱਲ ਜਾਂਦੇ ਮੈਂ ਤਾਂ ਕਦੇ ਗੌਰ ਹੀ ਨਹੀਂ ਕੀਤੀ ਛੇ ਛੇ ਮਹੀਨੇ ਸਾਲ ਸਾਲ ਉਹਨਾਂ ਦੇ ਕੋਲੇ ਕਿਤੇ ਗਿਆਈ ਬਾਬਾ ਜੀ ਬੜੇ ਰੋਹ ਦੇ ਵਿੱਚ ਆ ਗਏ ਕਹਿੰਦੇ ਦੇਖ ਮੇਰੀ ਮਾਂ ਨੇ ਜਿਹਨੂੰ ਚੱਲਣਾ ਸਿਖਾਇਆ ਮਿਲਣਾ ਸਿਖਾਇਆ ਸਮਾਜ ਦੇ ਵਿੱਚ ਰਹਿਣਾ ਸਿਖਾਇਆ ਅੱਜ ਤੂੰ ਉਹਦੇ ਕੋਲੇ ਜਾ ਕੇ ਉਹਦੀ ਖੈਰ ਸੁੱਖ ਕੀ ਨਹੀਂ ਪੁੱਛ ਸਕਦਾ ਕਿੱਥੋਂ ਵਰਤਦਾ ਬਾਬਾ ਜੀ ਤੇ ਕਹਿੰਦੇ ਗੁਰਮੁਖ ਪਿਆਰਾ ਬਾਬਾ ਜੀ ਦੇ ਵਚਨ ਮੰਨੇ ਬਾਬਾ ਜੀ ਕਹਿਣ ਲੱਗੇ ਜਾ ਕੇ ਮਾਂ ਦੀ ਸੇਵਾ ਕਰ ਸਮੇਂ ਸਿਰ ਉਹਨੂੰ ਪ੍ਰਸ਼ਾਦਾ ਪਾਣੀ ਦੇ ਤੇ ਉਹਦੀਆਂ ਅਸੀਸਾਂ ਦੇ ਨਾਲ ਹੀ ਤੇਰੇ ਘਰ ਦੇ ਵਿੱਚ ਇੱਕ ਵਰਤਦਾ ਕਿ ਲੱਖੀ ਵਰਤ ਆ ਜਾਵੇ ਅੱਜ ਬਾਬਾ ਜੀ ਦਾ ਵਚਨ ਮੰਨਿਆ ਆਪਣੇ ਘਰ ਗਿਆ ਜਾ ਕੇ ਸਾਰੇ ਪਰਿਵਾਰ ਨੂੰ ਸਮਝਾਇਆ ਕਿ ਸਿਲਸਿਲਾ ਨਿਰੰਤਰ ਜਾਰੀ ਰਹਿਣਾ ਅੱਜ ਆਪਾਂ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ ਜੇ ਕੱਲ੍ਹ ਆਪਣੇ ਤੇ ਵੀ ਬੜੇਪਾ ਆਪਾਂ ਵੀ ਬਜ਼ੁਰਗ ਹੋ ਅੱਜ ਬਾਬਾ ਜੀ ਦਾ ਵਚਨ ਮੰਨਿਆ ਸਾਰੇ ਪਰਿਵਾਰ ਨੂੰ ਲੈ ਕੇ ਮਾਂ ਕੋਲ ਗਏ ਅੱਜ ਮਾਂ ਬੜੀ ਮਿਹਨਤ ਸੀ ਕਹਿਣ ਲੱਗੀ ਅੱਜ ਇਹਨਾਂ ਨੂੰ ਕਿਹਨੇ ਸੋਝੀ ਬਖਸ਼ਿਸ਼ ਕਰ ਮੇਰਾ ਪੁੱਤਰ ਕਦੇ ਮੇਰੀ ਖੈਰ ਸੁਖ ਪੁੱਛਣ ਵਾਸਤੇ ਵੀ ਨਹੀਂ ਆਇਆ ਸੀ ਅੱਜ ਇਹਨੂੰ ਕਿਹਨੇ ਸੋਝੀ ਦੇ ਅੱਜ ਸਾਰੇ ਪੁੱਤਰ ਦੇ ਕੀਤੇ ਹੋਏ ਔਗਣ ਮਾਂ ਕੋਲ ਗਏ ਸਾਧ ਸੰਗਤ ਬਾਹਰ ਨੂੰ ਇੰਨਾ ਹੌਸਲਾ ਹੋਇਆ ਜਿਸ ਸਮੇਂ ਦੱਸਿਆ ਕਿ ਧੰਨ ਧੰਨ ਬਾਬਾ ਨੰਦ ਸਿੰਘ ਜੀ ਕੋਲ ਗਏ ਸੀ ਉਹਨਾਂ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਬਚਨ ਸੁਣਾਏ ਕਾਹੀ ਪੂਰਤ ਜਗਤ ਤੋਂ ਸੰਗ ਪਾ ਜਿਨ ਕੇ ਜਣੇ ਮੀਰੇ ਤੋਂ ਤਿੰਨ ਸੌ ਜਗਤ ਮਹਾਂ ਅਸੀਂ ਬਹੁਤ ਵੱਡਾ ਗੁਨਾਹ ਕਰ ਬੈਠੇ ਹਾਂ ਜਿਹੜਾ ਤੈਨੂੰ ਲੱਗ ਚੱਲਿਆ ਹੋਇਆ ਤੈਨੂੰ ਸਮੇਂ ਸਿਰ ਕੋਈ ਪ੍ਰਸ਼ਾਦਾ ਪਾਣੀ ਨਹੀਂ ਮਿਲਦਾ ਇਸ ਕਰਕੇ ਸਾਡੇ ਗੁਨਾਹਾਂ ਨੂੰ ਬਖਸ਼ ਅੱਜ ਤੋਂ ਬਾਅਦ ਅਸੀਂ ਤੇਰੀ ਸੇਵਾ ਕਰਿਆ ਕਰਾਂਗੇ ਕਿਉਂਕਿ ਬਾਬਾ ਜੀ ਦੇ ਵਚਨ ਟੱਲ ਹੋਏ ਘਰ ਦੇ ਵਿੱਚ ਕੋਈ ਵੀ ਨੁਕਸਾਨ ਨਹੀਂ ਹੋਇਆ ਤੇ ਸਤਿਗੁਰਾਂ ਦੀ ਕਿਰਪਾ ਦੁਆਰਾ ਅਨੇਕਾਂ ਹੀ ਖੁਸ਼ੀਆਂ ਪ੍ਰਾਪਤ ਹੋਈਆਂ ਇਸ ਕਰਕੇ ਭਾਈ ਜਿਹਨਾਂ ਘਰ ਦੇ ਵਿੱਚ ਬਜ਼ੁਰਗ ਮਾਤਾ ਪਿਤਾ ਬੈਠੇ ਆ ਉਹਨਾਂ ਦਾ ਪ੍ਰਸ਼ਾਦਾ ਪਾਣੀ ਸਮੇਂ ਸਿਰ ਉਹਨਾਂ ਦੀਆਂ ਅਸੀਸਾਂ ਹੀ ਸਾਨੂੰ ਪ੍ਰਾਪਤ ਹੋਈਆਂ ਕਿਉਂਕਿ ਮਾਤਾ ਪਿਤਾ ਦੀ ਕੀਤੀ ਹੋਈ ਅਰਦਾਸ
ਕਦੇ ਵਿਅਕਤੀ ਨਹੀਂ ਜਾਂਦੀ, ਮਾਂ ਦੀ ਕੀਤੀ ਹੋਈ ਬਦ ਦੁਆ ਕਦੇ ਬਾਂਧੀ ਨਹੀਂ ਜਾਂਦੀ। ਚਾਰ ਬੱਚਿਆਂ ਦੀ ਮਾਂ ਭਾਂਡੇ ਮਾਂਜ ਮਾਂਜ ਕੇ ਚਾਰ ਬੱਚਿਆਂ ਨੂੰ ਸਾਂਭ ਲੈਂਦੀ ਹੈ, ਪਰ ਚਾਰ ਬੱਚਿਆਂ ਨੂੰ ਇੱਕ ਮਾਂ ਸਾਂਭੀ ਨਹੀਂ। ਇਸ ਕਰਕੇ ਭਾਈ ਜਿਹਨਾਂ ਘਰਾਂ ਦੇ ਵਿੱਚ ਬਜ਼ੁਰਗ ਮਾਤਾ ਪਿਤਾ ਬੈਠੇ ਹੈ, ਉਹਨਾਂ ਦੀ ਸੇਵਾ ਕਰੋ, ਸਿਮਰਨ ਕਰੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਨਾਲ ਜੋੜੋ। ਸ੍ਰੀ ਵਾਹਿਗੁਰੂ ਜੀ ਅਰਦਾਸ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਭਗਵਤੀ ਜੀ ਸਹਾਰੇ ਵਾਗ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਤ ਹੈ ਗੁਰੂ ਨਾਨਕ ਲਈ ਧਿਆਈ ਬਿਰੰਗਤ ਗੁਰ ਤੇ ਅਮਰਦਾਸ ਰਾਮ ਦਾਸ ਹੁਣ ਸਹਾਰੇ ਅੱਜ ਹਰ ਗੋਬਿੰਦਨਾ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਤ ਜਿਠੈ ਸਭ ਬੁਝਾਏ ਸ੍ਰੀ ਗੁਰੂ ਤੇਗ ਬਹਾਦਰ ਸਿਮਰਿਆ ਘਰ ਨੌ ਨਿਦਾਵੈ ਧਾਰੇ ਸਾਥੀ ਉਂਜੀ ਸਹਾਰੇ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਰਗੀ ਦਸਵੇਂ ਪਾਤਸ਼ਾਹ ਜੀ ਸਾਥੀ ਉਂਜੀ ਸਹਾਰੇ ਦਸਾਂ ਪਾਤਸ਼ਾਹ ਦੀ ਜਾਗਦੀ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਤਸੰਗ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਰੀਆਂ ਮੁਕਤਿਆਂ ਨੇ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕਮਾਈ ਕਾ ਧਿਆਨ ਧਰ ਕੇ ਖਾਲਸਾ ਜੀ ਸਤਸੰਗ ਜੀ ਬੋਲੋ ਜੀ ਜਿੰਨਾ ਸਦਾ ਸੁਖੀਆ ਨੇ ਧਰਮ ਫਿਰ ਸਿੱਧ ਦਿੱਤੇ ਬਲ ਬਲ ਕੇ ਖਾਲਸਾ ਜੀ ਸਤਸੰਗ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਤਸੰਗ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਵਣ ਕਾ ਸਤਿਕਾਰ ਸਰਬ ਸੁਖ ਹੋਵੇ ਜਹ ਜਹ ਖਾਲਸਾ ਜੀ ਸਿੱਖਾਂ ਨੂੰ ਸੁਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਦਾ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਕੀਆਂ ਝੰਡੇ ਮੁੰਗੇ ਜੁਗੋ ਜੁਗਾ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀਵਾ ਮਾਥੁ ਜੀ ਮਤ ਪਾਤਾ ਕਾਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਕ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰੇ ਗੁਰ ਧਾਮਾਂ ਦੇ ਇਹਨਾਂ ਤੋਂ ਖਾਲਸਾ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲ੍ਹੇ ਦਾ ਚੰਗਦਾਰ ਦੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਨ ਨੇ ਤਾੜਿਆਂ ਦੇ ਤਨ ਰੋਟੀਆਂ ਦੀ ਗੁਣ ਸੱਚੇ ਪਿਤਾ ਲਿਖਿਆ ਦੇਹਾ ਹੁਕਮ ਕੁਮਾਰੀ ਘੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ ਆਪ ਜੀ ਦਰਗਾਹ ਦੇ ਪ੍ਰੀਤਵਾਨ ਸੈਕਟਰੀ ਮਹਿੰਦਰ ਸਿੰਘ ਸੱਚੇ ਪਾਤਸ਼ਾਹ ਜਿਤਨੀ ਗੱਲ ਦੀ ਸਮਾਸਾ ਨੂੰ ਕੁੰਜੀ ਬਖਸ਼ੀ ਜੀ ਸੱਚੇ ਪਾਤਸ਼ਾਹ ਜੀ ਉਸ ਨੂੰ ਭੋਗਦਿਆਂ ਹੋਇਆ ਕੋਈ ਤਰ੍ਹਾਂ ਤੋਂ ਕਾਰਚਨਾ ਕਰ ਗਏ ਸਨ ਸੱਚੇ ਪਾਤਸ਼ਾਹ ਪਰਿਵਾਰ ਨੇ ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਜਨਮ ਮਨ ਦੇ ਗੇੜ ਤੋਂ ਬਚਾ ਕੇ ਰੱਖਣਾ ਇਸ ਵਾਸਤੇ ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰ ਨੇ ਆਪ ਜੀ ਦਾ ਉੱਠ ਤੇ ਆਸਰਾ ਲੈਂਦਿਆਂ ਹੋਇਆ ਤੁਰਕੀ ਬਾਣੀ ਆਏ ਦਿਨ ਸਰਨੀ ਚਿੰਨ ਮਿਟਾਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਪਾਠ ਪ੍ਰਾਰੰਭ ਕਰਾਏ ਸਨ ਸੱਚੇ ਪਾਤਸ਼ਾਹ ਜੀ ਆਪ ਦੀ ਮਹਾਨ ਕਿਰਪਾ ਹੋਈ ਹੈ ਸੱਚੇ ਪਾਤਸ਼ਾਹ ਜੀ ਸਵੇਰੇ ਸਰਬ ਪਾਠਾਂ ਦੀ ਨਿਰਵਗਨਤਾ ਸਹਿ ਸਮਾਪਤੀ ਹੋਈ ਹੈ ਉਪਰੰਤ ਕਾਲਜੋ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲੈ ਧਿਆਨ ਦੇ ਮਹਾਂਵਾਕ ਅਨੁਸਾਰ ਆਪ ਦੇ ਦਰਬਾਰ ਵਿੱਚ ਨਿਰੋਲ ਗੁਰਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਹੋਈਆਂ ਸੱਚੇ ਪਾਤਸ਼ਾਹ ਜੀ ਆਪਦੀ ਬਾਣੀ ਪੜ੍ਹਦਿਆਂ ਸ਼ਬਦ ਕੀਰਤਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਈਆਂ ਜਾਣ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸਮਾਤ ਬਖਸ਼ ਕੇ ਸ਼ੁੱਧ ਦਿਲ ਸੁਣ ਸੇਵਾ ਕਰਨ ਦਾ ਬਾਣੀ ਪੜ੍ਹਨ ਦਾ ਸ਼ਬਦ ਕੀਰਤਨ ਕਰਨ ਦਾ ਕਥਾ ਵਿਚਾਰਨ ਕਰਨ ਦਾ ਬਾਣ ਉਦਮ ਚਾਹ ਰੱਖਣਾ ਸੱਚੇ ਪਾਤਸ਼ਾਹ ਬਾਣੀ ਪੜ੍ਹੀ ਸ਼ੋਧ ਕੇ ਸਾਜਗਰ ਵਿੱਚ ਪ੍ਰਵਾਨ ਕਰਨੀ ਸੱਚੇ ਪਾਤਸ਼ਾਹ ਜੀ ਬਾਣੀ ਪੜ੍ਹਦਾ ਪ੍ਰਭਾਵ ਉਸ ਵਿਛੜੀ ਹੋਈ ਰੂਹ ਨੂੰ ਬਖਸ਼ਣਾ ਜਨਮ ਮਰਨ ਦੇ ਗੇੜ ਤੋਂ ਬਚਾ ਕੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਨਿਵਾਸ ਕਰਨਾ ਸੰਸਾਰ ਦੇ ਵਿੱਚ ਵਿਚਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਈਆਂ ਜਾਣ ਸਭ ਕੇ ਮਾਫ਼ ਕਰਨਾ ਸੱਚੇ ਪਾਤਸ਼ਾਹ ਆਪਣੀ ਵਾਰ ਬਖਸ਼ਣ ਦੇ ਕੋ ਬਹੁ ਨਾ ਭਾਵਨ ਮੇਰਾ ਸੱਚੇ ਪਾਤਸ਼ਾਹ ਮਗਰ ਪਰਿਵਾਰ ਨੂੰ ਭਾਣਾ ਮੰਨਣ ਦੀ ਸਮਰੱਥਾ ਹੋਈ ਸੱਚੇ ਪਾਤਸ਼ਾਹ ਜੀ ਪਰਿਵਾਰ ਵੱਲੋਂ ਆਪ ਜੀ ਸੁੰਦਰ ਕੰਬਲ ਪਹਿਨਾਏ ਜਾਂਦੇ ਹਨ ਆਪ ਜੀ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਅਤੇ ਪੜਲੋਕ ਦੇ ਵਿੱਚ ਪੜਦੇ ਕਿਹੜੇ ਸੱਚੇ ਪਾਤਸ਼ਾਹ ਪਾਠੀ ਸੰਗਮ ਅਤੇ ਵਸਤਰ ਹਾਜ਼ਰ ਸੱਚੇ ਪਾਤਸ਼ਾਹ ਜਿਨ੍ਹਾਂ ਖਜ਼ਾਨਿਆਂ ਤੋਂ ਸੇਵਾ ਕਰਾਈ ਸੋ ਖਜ਼ਾਨੇ ਭਰਪੂਰ ਕਰਨੇ ਕਾਲ ਕੰਡਕ ਦੂਰ ਕਰਨੇ ਸੱਚੇ ਪਾਤਸ਼ਾਹ ਜੀ ਆਈ ਹੋਈ ਸਭਾ ਸਿੰਘ ਦੀ ਹਾਜ਼ਰੀ ਤੇਰੇ ਕੋਲ ਭੇਟਾਵਾਂ ਪ੍ਰਮਾਨ ਕਰਨੀਆਂ ਅਕਾਤਮਕ ਕਦਮ ਨੇ ਫਿਰਨਾ ਸੱਚੇ ਪਾਤਸ਼ਾਹ ਜੀ ਸਭ ਨੂੰ ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾ ਦੇ ਵਿੱਚ ਰੱਖਣਾ ਪਰਿਵਾਰ ਵੱਲੋਂ ਆਪ ਦੀਆਂ ਦਾਤਾਂ ਨੂੰ ਸੱਚੇ ਪਾਤਸ਼ਾਹ ਜੀ ਕੜਾਹ ਪ੍ਰਸ਼ਾਦਾ ਥਾਲਾ ਸਜਾ ਕੇ ਹਾਜ਼ਰ ਕੀਤਾ ਗਿਆ ਹੈ ਲੰਗਰਾਂ ਦੇ ਵਿੱਚੋਂ ਪ੍ਰਸ਼ਾਦਾ ਥਾਲਾ ਸਜਾ ਕੇ ਹਾਜ਼ਰ ਕੀਤਾ ਗਿਆ ਹੈ ਅਨੇਕ ਪ੍ਰਕਾਰ ਭੋਜਨ ਭੋਗੀਏ ਬਹੁ ਵਿੰਜਨ ਮਿਸ਼ਕਾਏ ਕਰੀ ਪਾਕ ਸਦ ਸੋਚ ਗੁਰਤਰਾ ਉਂਗਲਾ ਭੋਗ ਹਰਾਏ ਆਪ ਜੀ ਭੋਗ ਲਓ ਆਪ ਜੀ ਦਾ ਭੋਗ ਲੱਗਿਆ ਸ਼ੀਰ ਪ੍ਰਸਾਦ ਪਿਆਰੀ ਸਾਧ ਸੰਗਤ ਵਰਤੇ ਕਲਾ ਵਾਹਿਗੁਰੂ ਜੀ ਕੀ ਵਰਤੇ ਸੱਚੇ ਪਾਤਸ਼ਾਹ ਜੀ ਇਸ ਵੇਲੇ ਆਪ ਜੀ ਦੀ ਇਲਾਹੀ ਗੁਰਬਾਣੀ ਵਿੱਚ ਸੰਗਤਾਂ ਨੂੰ ਦਰਗਾਹੀ ਰੂਪਣਾ ਬਖਸ਼ੋ ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ
ਉਸ ਸਮੇਂ ਦਸਵੀਂ ਪਾਸ ਕਰਕੇ 18 ਸਾਲ ਦੀ ਉਮਰ ਵਿੱਚ ਫੌਜ ਦੇ ਵਿੱਚ ਬੰਗਾਲ ਇੰਜੀਨੀਅਰ ਰੋਟੀ ਵਿੱਚ ਭਰਤੀ ਹੋਏ। ਆਪ ਜੀ ਆਪਣੇ ਟ੍ਰੇਡ ਵਿੱਚ ਜੋ ਇਲੈਕਟ੍ਰੀਸ਼ਨ ਦਾ ਕੰਮ ਕਰਦੇ ਸਨ ਅਤੇ ਆਰਮੀ ਦੀ ਡਿਊਟੀ ਸਮੇਂ ਇਸਨੇ ਹਿੰਦੁਸਤਾਨ ਔਰ ਚੀਨ ਦੀ ਜੋ ਲੜਾਈ ਸੀ 1962 ਦੇ ਵਿੱਚ ਉਹ ਵੀ ਲੜੀ। 1965 ਵਾਲੀ ਹਿੰਦੁਸਤਾਨ ਔਰ ਪਾਕਿਸਤਾਨ ਵਾਲੀ ਜੋ ਲੜਾਈ ਆ ਉਹ ਵੀ ਇਹਨਾਂ ਨੇ ਲੜੀ। ਦੋ ਜੰਗਾਂ ਵਿੱਚੋਂ ਜਿਨ੍ਹਾਂ ਵਿੱਚੋਂ ਆਪ ਜੀ ਨੇ ਵਿਸ਼ੇਸ਼ ਮੈਡਲ ਵੀ ਮਿਲਿਆ। ਆਪ ਦੇ ਘਰ ਦੀਆਂ ਮਜ਼ਬੂਰੀਆਂ ਦੇ ਕਾਰਨ 20 ਸਾਲ ਦੀ ਉਮਰ ਵਿੱਚ ਇਹ ਤਕਰੀਬਨ 1970 ਦੇ ਵਿੱਚ ਸੂਬੇ ਦਾ ਰੈਂਕ ਦੀ ਨੌਕਰੀ ਤੋਂ ਡਿਸਚਾਰਜ ਲੈ ਕੇ ਪੈਨਸ਼ਨ ਲੈ ਕੇ ਘਰ ਆ ਗਏ। ਘਰ ਆ ਕੇ ਆਪਣੇ ਪਿਤਾ ਪੁਰਖੀ ਧੰਦੇ ਖੇਤੀਬਾੜੀ ਨੂੰ ਅਪਣਾ ਲਿਆ ਅਤੇ ਨਾਲ ਹੀ ਆਪਣੇ ਪਿੰਡ ਦੀ ਸੁਸਾਇਟੀ ਔਰ ਸੰਗਤਪੁਰਾ ਢਹਿ ਦੀ ਬਤੌਰ ਸੈਕਟਰੀ ਡਿਊਟੀ ਨਿਭਾਈ, ਜਿਸ ਕਰਕੇ ਇਸਨੂੰ ਮਹਿੰਦਰ ਸਿੰਘ ਸੈਕਟਰੀ ਦੇ ਨਾਲ ਨਾਲ ਹੀ ਜਾਣਿਆ ਜਾਂਦਾ ਸੀ। ਪਰਿਵਾਰ ਤੋਂ ਮਿਲੀ ਸਿੱਖਿਆ ਦੇ ਮੁਤਾਬਕ ਬਹੁਤ ਹੀ ਵਧੀਆ ਸੁਚਾਰੂ ਢੰਗ ਨਾਲ ਲਾਈ। ਆਪਦੇ ਸੰਤਾਨ ਨਾ ਹੋਣ ਕਾਰਨ ਆਪਣੇ ਭਾਣਜੇ ਦਰਵਿੰਦਰ ਸਿੰਘ ਨੂੰ ਛੋਟੀ ਉਮਰ ਵਿੱਚ ਹੀ ਇਸਨੇ ਗੋਦ ਲੈ ਲਿਆ ਸੀ, ਬਹੁਤ ਪਿਆਰ ਦਿੱਤਾ ਅਤੇ ਉਹਨਾਂ ਨੂੰ ਖੁਸ਼ੀਆਂ ਨਾਲ ਪਾਲਿਆ, ਜੋ ਕਿ ਨਗਰ ਰਾਓਵਾਲ ਵਿਖੇ ਇੱਕ ਮਿਸਾਲ ਦੀ ਤਰ੍ਹਾਂ ਆਪਣੇ ਪਰਿਵਾਰ ਸਮੇਤ ਹਰ ਇੱਕ ਦੀ ਖੁਸ਼ੀ ਗਮੀ ਵਿੱਚ ਸ਼ਾਮਲ ਹੋ ਕੇ ਆਪਣੀ ਜ਼ਿੰਦਗੀ ਜਿਉਣ ਦਾ ਵਧੀਆ ਢੰਗ ਦਰਸਾ ਰਹੇ ਹਨ। ਸਾਡੇ ਵੀਰ ਦਲਵਿੰਦਰ ਸਿੰਘ ਅਤੇ ਬੀਬੀ ਚਰਨਜੀਤ ਕੌਰ ਨੇ ਆਪਣੇ ਪਰਿਵਾਰ ਤੋਂ ਮਿਲੀ ਸਿੱਖਿਆ ਦੇ ਮੁਤਾਬਕ ਚਾਚਾ ਜੀ ਸਰਦਾਰ ਮਹਿੰਦਰ ਸਿੰਘ ਜੀ ਨੂੰ ਕਦੇ ਵੀ ਅੱਖੋਂ ਪਰੋਕੇ ਨਹੀਂ ਕੀਤਾ ਅਤੇ ਬਹੁਤ ਵਧੀਆ ਢੰਗ ਦੇ ਨਾਲ ਇਹਨਾਂ ਦੀ ਸੇਵਾ ਕੀਤੀ। ਔਰ ਦੂਸਰੀ ਗੱਲ, ਸਰਦਾਰ ਮਹਿੰਦਰ ਸਿੰਘ ਜੀ ਨੇ ਸਾਡੇ ਨਗਰ ਵਾਸੀਆਂ ਨੇ ਕੁਝ ਜ਼ਮੀਨ ਗੁਰਦੁਆਰਾ ਸਾਹਿਬ ਲਈ ਦਾਨ ਕੀਤੀ, ਜੋ ਕਿ ਗੁਰਦੁਆਰਾ ਸਾਹਿਬ ਦੇ ਨਾਲ ਨਹੀਂ ਲੱਗਦੀ ਸੀ, ਕੁਝ ਦੂਰੀਆਂ 'ਤੇ ਸੀ, ਜੋ ਕਿ ਨਗਰ ਨੇ ਇਹਨਾਂ ਨੂੰ ਬੇਨਤੀ ਕਰੀ, ਇਹਨਾਂ ਦੀ ਜ਼ਮੀਨ ਆਪਣੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਲੱਗਦੀ ਆ। ਇਹਨਾਂ ਨੇ ਆਪਣਾ ਸਾਰੇ ਨਗਰ ਦੀ ਬੇਨਤੀ ਨੂੰ ਮਨਜ਼ੂਰ ਕਰਦੇ ਹੋਏ, ਜੋ ਕਿ ਆਪਾਂ ਇਹ ਟਾਈਮ 'ਤੇ ਆਪਣੇ ਹਾਲ ਦੇ ਵਿੱਚ ਬੈਠੇ ਹਾਂ ਔਰ ਨਾਲ ਹੀ ਲੰਗਰ ਹਾਲ ਬਣਿਆ ਹੋਇਆ ਹੈ, ਇਹ ਇਹਨਾਂ ਨੇ ਆਪਣੀ ਜ਼ਮੀਨ ਦੇ ਵਿੱਚੋਂ ਜ਼ਮੀਨ ਛੱਡ ਕੇ ਗੁਰਦੁਆਰਾ ਸਾਹਿਬ ਅਤੇ ਲੰਗਰ ਹਾਲ ਦੀ ਸੇਵਾ ਲਈ ਜ਼ਮੀਨ ਦਿੱਤੀ। ਇਸ ਜ਼ਮੀਨ ਦੇ ਉਲੇ 'ਚ ਅਸੀਂ ਗੁਰਦੁਆਰਾ ਕਮੇਟੀ, ਨਗਰ ਨਿਵਾਸੀ, ਨਗਰ ਪੰਚਾਇਤ ਸਾਰੇ ਇਸ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸੋ ਹੁਣ ਮੈਂ ਬੇਨਤੀ ਕਰਾਂ ਸਰਦਾਰ ਮਨਪ੍ਰੀਤ ਸਿੰਘ ਜੀ ਵਾਲੀ ਸੂਬੇਦਾਰ ਮਹਿੰਦਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਸਰਦਾਰ ਮਨਪ੍ਰੀਤ ਸਿੰਘ ਜੀ ਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸੰਗਤ ਜੀ ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸਰਦਾਰ ਮਹਿੰਦਰ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ, ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਅਤੇ ਉਸ ਵਿਛੜੀ ਹੋਈ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਇਕੱਠੇ ਹੋਏ ਹਾਂ। ਗੁਰਬਾਣੀ ਦੇ ਵਿੱਚ ਵਾਰ ਵਾਰ ਮੌਤ ਦੀ ਸੱਚਾਈ ਦਾ ਜ਼ਿਕਰ ਆਉਂਦਾ ਹੈ। ਗੁਰਬਾਣੀ ਦਾ ਫਰਮਾਨ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਹਰੇਕ ਇਨਸਾਨ ਨੇ ਆਪਣੀ ਵਾਰੀ ਨੂੰ ਸਾਰੇ ਸੰਸਾਰ ਦੇ ਵਿੱਚੋਂ ਜਾਣਾ ਹੈ। ਜਦੋਂ ਇਨਸਾਨ ਇਸ ਸੰਸਾਰ ਦੇ ਵਿੱਚੋਂ ਚਲਿਆ ਜਾਂਦਾ ਹੈ, ਉਸਦੇ ਜਾਣ ਤੋਂ ਬਾਅਦ ਅਸੀਂ ਉਸ ਇਨਸਾਨ ਦੇ ਜੀਵਨ ਦਾ ਲੇਖਾ ਜੋਖਾ ਕਰਦੇ ਹਾਂ, ਉਸ ਇਨਸਾਨ ਦੇ ਜੀਵਨ ਦੀ ਪੜਚੋਲ ਕਰਦੇ ਹਾਂ ਕਿ ਇਸ ਇਨਸਾਨ ਨੇ ਸੰਸਾਰ ਦੇ ਵਿੱਚ ਆ ਕੇ ਕਿਸ ਢੰਗ ਨਾਲ ਵਿਚਰਿਆ, ਸਮਾਜ ਨੂੰ, ਦੇਸ਼ ਨੂੰ, ਕੌਮ ਨੂੰ, ਪਰਿਵਾਰ ਨੂੰ ਇਹ ਸੰਸਾਰ ਦੀ ਕੀ ਦੇਣ ਹੈ, ਅਤੇ ਚੰਗੇ ਇਨਸਾਨਾਂ ਦੇ ਜੀਵਨ ਤੋਂ ਸਾਨੂੰ ਕੋਈ ਨਾ ਕੋਈ ਸੇਧ, ਕੋਈ ਨਾ ਕੋਈ ਸਿੱਖਿਆ ਚੁੱਕਣੀ ਚਾਹੀਦੀ ਹੈ। ਸਾਡੇ ਸਤਿਕਾਰਯੋਗ ਬਜ਼ੁਰਗ ਸਾਹਿਬ ਮਹਿੰਦਰ ਸਿੰਘ ਜੀ, ਉਹਨਾਂ ਦੇ ਜੀਵਨ ਦੇ ਬਾਰੇ ਮੇਰੇ ਤੋਂ ਪਹਿਲਾਂ ਸਰਬਵੀਰ ਸਿੰਘ ਜੀ ਵੱਲੋਂ ਬੜੇ ਹੀ ਵਿਸਥਾਰ ਦੇ ਨਾਲ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਗਏ, ਦੱਸਿਆ ਗਿਆ ਕਿ ਕਿਵੇਂ ਛੋਟੀ ਉਮਰ ਦੇ ਵਿੱਚ ਹੀ ਫੌਜ ਦੇ ਭਰਤੀ ਹੋ ਕੇ ਉਹਨਾਂ ਨੇ ਦੇਸ਼ ਦੀ ਸੇਵਾ ਕੀਤੀ। ਬਾਅਦ ਦੇ ਪੈਣ ਦੀ ਜੰਗਾਂ ਦੇ ਵਿੱਚ ਬੜੀ ਦਲੇਰੀ ਦੇ ਨਾਲ
ਉਹ ਲੜਾਈਆਂ ਲੜੀਆਂ ਜਿਹਦੇ ਕਰਕੇ ਉਹਨਾਂ ਨੂੰ ਉਸ ਸਮੇਂ ਦੀ ਸਰਕਾਰ ਵੱਲੋਂ ਵਿਸ਼ੇਸ਼ ਪੁਰਸਕਾਰ ਵੀ ਦਿੱਤਾ ਗਿਆ ਅਤੇ ਫੌਜ ਨੂੰ ਰਿਟਾਇਰ ਹੋਣ ਤੋਂ ਬਾਅਦ ਵੀ ਉਹਨਾਂ ਨੇ ਸੁਸਾਇਟੀ ਦੇ ਵਿੱਚ ਵਿਦਾਊਟ ਸੈਕਟਰੀ ਬੜੀ ਇਮਾਨਦਾਰੀ ਦੇ ਨਾਲ ਬਹੁਤ ਹੀ ਤਨਦੇਹੀ ਨਾਲ ਆਪਣੀ ਡਿਊਟੀ ਨੂੰ ਨਿਭਾਇਆ ਅਤੇ ਉਸ ਤੋਂ ਬਾਅਦ ਉਸੇ ਸੁਸਾਇਟੀ ਦੇ ਪ੍ਰਧਾਨ ਦੇ ਤੌਰ 'ਤੇ ਆਪਣੀ ਸੇਵਾ ਨਿਭਾਈ। ਸੋ ਇੱਕ ਬਹੁਤ ਹੀ ਨੇਕ, ਇੱਕ ਬਹੁਤ ਹੀ ਸਿਆਣੇ, ਬਹੁਤ ਹੀ ਸੂਝਵਾਨ ਇਨਸਾਨ ਸਨ। ਮੇਰੀ ਇਸ ਪਰਿਵਾਰ ਦੇ ਨਾਲ ਬੜੀ ਨੇੜਤਾ, ਬੜੀ ਨਜ਼ਦੀਕੀ ਰਿਸ਼ਤੇਦਾਰੀ ਹੈ, ਕਿਉਂਕਿ ਸੰਤ ਰਵਿੰਦਰ ਸਿੰਘ ਜੋ ਆਦਮੀਰ ਸਾਡਾ ਆਪਣਾ ਪਰਿਵਾਰ ਹੈ, ਕਿਉਂਕਿ ਮੇਰਾ ਜੱਦੀ ਪਿੰਡ ਆਦਮੀਰ ਆ, ਉਹਨਾਂ ਦੀ ਧਰਮ ਪਤਨੀ ਸਾਡੀ ਭੈਣ ਜਗਜੀਤ ਕੌਰ ਜੋ ਮੇਰੇ ਤਾਏ ਦੀ ਲੜਕੀ ਲੱਗਦੀ ਹੈ। ਸੋ ਇਸ ਕਰਕੇ ਬੜੀ ਨੇੜਤਾ ਇਸ ਪਰਿਵਾਰ ਦੇ ਨਾਲ, ਲੰਬੇ ਸਮੇਂ ਤੋਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ। ਪਾਰਟੀ ਦੇ ਹਰ ਪ੍ਰੋਗਰਾਮ ਦੇ ਵਿੱਚ ਕੋਈ ਵੀ ਸੁਨੇਹਾ ਅਸੀਂ ਇਸ ਪਰਿਵਾਰ ਨੂੰ ਦਿੱਤਾ। ਪਿਛਲੇ 13-14 ਸਾਲਾਂ ਦੇ ਵਿੱਚ ਨਰਿੰਦਰ ਸਿੰਘ ਨੇ ਹਰ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੇ ਵਿੱਚ ਸਾਡਾ ਮੇਰਾ ਹਮੇਸ਼ਾ ਹੀ ਸਾਥ ਦਿੱਤਾ। ਸੋ ਜਿਵੇਂ ਪਹਿਲਾਂ ਵੀ ਗੱਲ ਕੀਤੀ ਗਈ ਆ ਕਿ ਸਰਵਿੰਦਰ ਸਿੰਘ ਦੇ ਆਪਣੀ ਔਲਾਦ ਨਹੀਂ ਸੀ, ਉਹਨਾਂ ਨੇ ਸੰਤ ਨਰਿੰਦਰ ਸਿੰਘ ਨੂੰ ਅਡੋਪਟ ਕੀਤਾ, ਉਹਨਾਂ ਦਾ ਜੋ ਭਾਣਜਾ ਸੀ, ਲੇਕਿਨ ਉਹਨਾਂ ਨੇ ਆਪਣੇ ਸਕੇ ਬਾਪ ਤੋਂ ਵੀ ਵੱਧ ਕੇ ਸੰਤ ਨਰਿੰਦਰ ਸਿੰਘ ਨੇ, ਸਾਡੀ ਭੈਣ ਨੇ ਕਿਸੇ ਤਰ੍ਹਾਂ ਦੀ ਵੀ ਆਪਣੀ ਡਿਊਟੀ ਦੇ ਵਿੱਚ, ਸੇਵਾ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ, ਆਪਣੇ ਫਰਜ਼ਾਂ ਨੂੰ ਬਾਖੂਬੀ ਨਿਭਾਇਆ। ਸੋ ਮੈਂ ਸਮਝਦਾ ਕਿ ਇਸ ਪਰਿਵਾਰ ਤੋਂ ਸਾਨੂੰ ਸਾਰਿਆਂ ਨੂੰ ਸਿਰ ਲੈਣ ਦੀ ਲੋੜ ਆ ਅਤੇ ਸਾਡੇ ਮਾਂ ਬਾਪ ਨੇ ਜਿਹੜੇ ਉਸ ਵੀ ਦਿਵਸ ਸਥਾਨ ਨੇ, ਉਹਨਾਂ ਦੀ ਸੇਵਾ ਸਾਡਾ ਹਰ ਇੱਕ ਦਾ ਫਰਜ਼ ਬਣਦਾ। ਸੋ ਜਿਸ ਢੰਗ ਨਾਲ ਸੰਤ ਰਵਿੰਦਰ ਸਿੰਘ ਨੇ ਅਤੇ ਸਾਡੀ ਭੈਣ ਨੇ ਜਿਹਨਾਂ ਦੀ ਸੇਵਾ ਕੀਤੀ, ਇਸੇ ਤਰ੍ਹਾਂ ਸਾਨੂੰ ਆਪਣੇ ਮਾਤਾ ਪਿਤਾ ਦੀ ਸੇਵਾ ਜਿਹੜੀ ਕਰਨੀ ਚਾਹੀਦੀ ਹੈ। ਸੋ ਮੈਂ ਇਸ ਦੁੱਖ ਦੀ ਘੜੀ ਦੇ ਵਿੱਚ ਸਮੁੱਚੇ ਹੀ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੋਇਆ ਉਸ ਵਿੱਚ ਵੀ ਉਹੀ ਨੇਕੂ ਦੇ ਚਰਨਾਂ ਦੇ ਵਿੱਚ ਸ਼ਰਧਾ ਦੇ ਭੇਟ ਕਰਦਾ ਹਾਂ। ਬਜ਼ੁਰਗਾਂ ਦੇ ਜਾਣ ਦੇ ਨਾਲ ਜੋ ਪਰਿਵਾਰ ਨੂੰ, ਸਮਾਜ ਨੂੰ ਘਾਟਾ ਪਿਆ, ਮੈਂ ਸਮਝਦਾ ਕਦੇ ਪੂਰਾ ਨਹੀਂ ਹੋ ਸਕਦਾ। ਸੋ ਇਸ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਸਾਰਿਆਂ ਨੇ ਪਹੁੰਚ ਕੇ ਪਰਿਵਾਰ ਦਾ ਦੁੱਖ ਪਾਉਣ ਦਾ ਯਤਨ ਕੀਤਾ। ਸੋ ਮੈਂ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਵੀ ਤਹਿ ਤੋਂ ਧੰਨਵਾਦ ਕਰਦਾ ਹਾਂ। ਅਰਦਾਸ ਕੀਤੀ ਸਾਰਿਆਂ ਨੇ ਲੜਕੇ, ਵਾਹਿਗੁਰੂ ਪਰਮਾਤਮਾ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਵਾਸ ਬਖਸ਼ੇ, ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਨੂੰ ਸਾਰਿਆਂ ਨੂੰ ਇਹ ਬਾਣਾ ਮੰਨਣ ਦਾ ਵਰ ਬਖਸ਼ੇ। ਇੰਨੀਆਂ ਬੇਨਤੀਆਂ ਕਰਦਾ ਕਿ ਮੈਂ ਤਾਂ ਜੱਜ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਵਿੱਚ ਨਹੀਂ ਰਹੇ ਸੁਬੇਦਾਰ ਸਰਦਾਰ ਮਹਿੰਦਰ ਸਿੰਘ ਜੀ ਦੀ ਅੰਤ ਅਰਦਾਸ ਦੇ ਵਿੱਚ ਪਹੁੰਚ ਚੁੱਕੀਆਂ ਇਲਾਕੇ ਦੀਆਂ ਮੁੱਖ ਮੰਤਰੀ ਤਾਂ ਸਾਬਕਾ ਐਮਐਲਏ ਹਰਪਾਤਾ ਕਾਮਨ ਸਿੰਘ ਜੀ ਯਾਰੀ ਦੂਰੋਂ ਨੇੜੋਂ ਰਿਸ਼ਤੇਦਾਰ ਮਿੱਤਰ ਅਤੇ ਬਹੁਤ ਹੀ ਸਤਿਕਾਰਯੋਗ ਨਗਰ ਨਿਵਾਸੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੌਤ ਇੱਕ ਅਟਲ ਸੱਚਾਈ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਸਾਡੇ ਸਾਰੇ ਹੀ ਗੁਰੂਆਂ ਨੇ ਮੌਤ ਨੂੰ ਅਟਲ ਸੱਚਾਈ ਦੱਸਿਆ ਹੈ। ਪਰੰਤੂ ਜੋ ਵੀ ਪ੍ਰਾਣੀ ਇਸ ਦੁਨੀਆਂ ਤੇ ਜਨਮ ਲੈਂਦਾ ਹੈ ਉਸ ਪ੍ਰਾਣੀ ਨੇ ਹਮੇਸ਼ਾ ਲਈ ਇੱਥੇ ਨਹੀਂ ਰਹਿਣਾ, ਪਰੰਤੂ ਜੋ ਵੀ ਪ੍ਰਾਣੀ ਇਸ ਦੁਨੀਆਂ ਤੇ ਵਿਚਰ ਜੀਵ ਦੁਖੀ ਲਈ, ਸਮਾਜ ਲਈ ਜਾਂ ਕਿਸੇ ਵੀ ਖੇਤਰ ਵਿੱਚ ਸਮਰਪਿਤ ਭਾਵਨਾ ਨਾਲ ਸੇਵਾ ਕਰਦਾ ਹੋਇਆ ਇਸ ਦੁਨੀਆਂ ਵਿੱਚੋਂ ਅੰਤਮ ਵਿਦਾਇਗੀ ਲੈਂਦਾ ਹੈ, ਉਸ ਪ੍ਰਾਣੀ ਦੀ ਜਾਨ ਸਦਾ ਆਪਣੇ ਧੌਣ ਹੀ ਹੁੰਦੀ ਹੈ, ਪਰੰਤੂ ਆਮ ਸਮਾਜ ਵਿੱਚ ਵੀ ਉਸ ਪ੍ਰਾਣੀ ਦੀਆਂ ਸੇਵਾਵਾਂ, ਗੱਲਾਂ ਜਾਂ ਕੀਤੀਆਂ ਜਾਂਦੀਆਂ। ਸੋ ਇਸੇ ਤਰ੍ਹਾਂ ਦੀ ਸ਼ਹੀਦ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਬਤਾਇਆ ਜੀ ਸੁਬੇਦਾਰ ਮਹਿੰਦਰ ਸਿੰਘ ਜੀ ਭਦੌੜ, ਕਿਉਂਕਿ ਉਹਨਾਂ ਨੇ ਜਦ ਤੋਂ ਅਸੀਂ ਅੱਖਾਂ ਖੁੱਲੀਆਂ ਦੇਖਿਆ ਸਮਝਿਆ, ਮੇਰੇ ਹਿਸਾਬ ਦੇ ਨਾਲ ਮੈਂ ਇਹ ਗੱਲ ਮਾਣ ਨਾਲ ਕਹਿ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਕਿ ਉਸ ਇਨਸਾਨ ਨੇ ਜਿਸ ਵੀ ਇਨਸਾਨ ਦੀ ਬਾਹ ਫੜੀ ਜਾਂ ਜਿਸ ਵੀ ਇਨਸਾਨ ਨੇ ਉਹਨਾਂ ਤੋਂ ਮਦਦ ਮੰਗੀ, ਉਹਨਾਂ ਨੇ ਆਪਣੇ ਤਹਿ ਦਿਲੋਂ ਉਸ ਇਨਸਾਨ ਦੀ ਮਦਦ ਕੀਤੀ ਔਰ ਉਸਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕੀਤੀ। ਇਹ ਮੇਰੇ ਤੋਂ ਇਕੱਲੇ ਤੋਂ ਨਹੀਂ, ਤੁਹਾਨੂੰ ਸਾਰੇ ਹੀ ਨਗਰ ਵਾਸੀਆਂ ਨੂੰ, ਸਾਰੇ ਰਿਸ਼ਤੇਦਾਰਾਂ ਨੂੰ, ਆਮ ਸਮਾਜ ਨੂੰ ਵੀ ਪਤਾ ਹੀ ਹੈ ਕਿ ਸਰਦਾਰ ਮਹਿੰਦਰ ਸਿੰਘ ਬਹੁਤ ਹੀ ਸਖ਼ਤ ਸੁਭਾਅ ਦੇ ਮਾਲਕ ਸਨ। ਉਹਨਾਂ ਦਾ ਸਖ਼ਤ ਸੁਭਾਅ ਤਕਰੀਬਨ ਪਿੰਡ ਦਾ ਜਾਣਦਾ ਹੀ ਹੈ, ਰਿਸ਼ਤੇਦਾਰ ਵੀ ਜਾਣਦੇ ਨੇ, ਪਰ ਉਹਨਾਂ ਦੀ ਸਖ਼ਤੀ ਦਾ ਕੋਈ ਮੁੱਲ ਸੀ, ਉਹਨਾਂ ਦੀ ਸਖ਼ਤੀ ਦਾ ਕੋਈ ਮੁੱਲ ਸੀ, ਉਸ ਮੁੱਲ ਦੇ ਮੁਤਾਬਕ ਉਹ ਸਖ਼ਤ ਸਨ।
ਜਦੋਂ ਕੋਈ ਸੱਚਾ ਬੰਦਾ ਗੱਲ ਦੇ ਸਾਹਮਣੇ ਉਹਦੇ ਮੁਤਾਬਕ ਪੂਰੀ ਨਾ ਹੁੰਦੀ ਹੋਵੇ ਜਾਂ ਗੱਲ ਅਧੂਰੀ ਰਹਿ ਜਾਂਦੀ ਹੋਵੇ ਤਾਂ ਉਹ ਸੰਸਾਰ ਨੂੰ ਖਿੜ ਆਉਣੀ ਹੀ ਹੁੰਦੀ ਹੈ। ਆਪਾਂ ਸਾਰਿਆਂ ਨੇ ਬਜ਼ੁਰਗਾਂ ਨੂੰ ਸੰਭਾਲਿਆ, ਸਾਰੇ ਹੀ ਬਜ਼ੁਰਗਾਂ ਨਾਲ ਆਪਾਂ ਵਿਚਰੇ, ਆਪਾਂ ਨੂੰ ਸਾਰਿਆਂ ਨੂੰ ਇਹਨਾਂ ਗੱਲਾਂ ਦਾ ਪਤਾ। ਇਸੇ ਤਰ੍ਹਾਂ ਦੀ ਸ਼ਹੀਦ ਸੰਤ ਆਪਣੇ ਮਹਿੰਦਰ ਸਿੰਘ ਜੀ, ਹਾਂ ਇੱਕ ਗੱਲ ਕਹਿਣੀ ਬਣਦੀ ਹੈ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਮੁਤਾਬਕ ਆਪਣੀ ਤਕਰੀਬਨ 88 ਸਾਲ ਦੀ ਏਜ ਦੇ ਵਿੱਚ ਬਹੁਤ ਹੀ ਵਧੀਆ ਸਟੈਂਡ ਲੈ ਕੇ ਕੰਮ ਵੀ ਕੀਤਾ। ਆਹ ਆਪਾਂ ਸਿੰਘ ਸਾਹਿਬ ਨੇ ਦੱਸਿਆ ਕਿ ਜਿਹੜੀ ਆਪਾਂ ਜਗ੍ਹਾ 'ਤੇ ਬੈਠੇ ਹਾਂ ਹੁਣ, ਇਸ ਵਾਸਤੇ ਵੀ ਜਾਂ ਪਿੱਛੇ ਦਰਬਾਰ ਦੇ ਵਿੱਚ ਵੀ ਉਹਨਾਂ ਦੀ ਜ਼ਮੀਨ ਦਾ ਹਿੱਸਾ ਹੈ, ਪਰ ਉਹਨਾਂ ਤੋਂ ਸੁਚਾਰੂ ਢੰਗ ਨਾਲ ਕੋਈ ਸੇਵਾ ਲੈਣ ਵਾਲਾ ਚਾਹੀਦਾ ਸੀ। ਸੋ ਬਹੁਤ ਹੀ ਵਧੀਆ ਇਨਸਾਨ ਸਨ, ਉਹਨਾਂ ਦੇ ਸੁਭਾਅ ਦੇ ਮੁਤਾਬਕ ਅਸੀਂ ਵਧਾਈ ਦਿੰਦੇ ਹਾਂ। ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਦਰਵਿੰਦਰ ਸਿੰਘ ਅਤੇ ਭੈਣ ਚਰਨੀ, ਜਿਨ੍ਹਾਂ ਨੇ ਅਸੀਂ ਤਾਂ ਬਾਹਰ ਫਿਰ ਜਾਂਦੇ ਸੀ ਜਾਂ ਅਸੀਂ ਮਹਿਸੂਸ ਕਰਦੇ ਸੀ ਕਿ ਇੰਨੀ ਸਖਤੀ ਕਿਉਂ ਹੈ ਇਹਨਾਂ ਦੇ ਵਿੱਚ, ਪਰ ਉਹਨਾਂ ਨੇ ਇੰਨਾ ਲੰਬਾ ਸਮਾਂ ਇਹਨਾਂ ਦੇ ਨਾਲ ਕੱਟ ਕੇ ਇੱਕ ਮਿਸਾਲ ਪੇਸ਼ ਕੀਤੀ ਹੈ, ਕਿਉਂਕਿ ਸੰਸਾਰ ਕੱਟਣਾ ਬਹੁਤ ਔਖਾ ਹੁੰਦਾ ਹੈ। ਸੋ ਇਸ ਕਦਮ ਇਹ ਦੋਨੋਂ ਵਧਾਈ ਦੇ ਪਾਤਰ ਨੇ। ਸੋ ਮੈਂ ਬਹੁਤਾ ਪ੍ਰਣਾਮ ਕਹਿੰਦਾ ਹਾਂ ਅੰਤ ਵਿੱਚ ਆਪਣੇ ਵੱਲੋਂ ਅਤੇ ਸਾਰੀ ਸੰਗਤ ਵੱਲੋਂ ਪਰਮਾਤਮਾ ਅੱਗੇ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਸਰਦਾਰ ਮਹਿੰਦਰ ਸਿੰਘ ਜੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਔਰ ਪਿੱਛੇ ਪਰਿਵਾਰ ਨੂੰ ਪਹਾੜਾਂ ਮੰਨਣ ਦੀ ਸਮਰਥ ਬਖਸ਼ਣੀ ਔਰ ਬਾਤ ਬਖਸ਼ਣਾ। ਔਰ ਨਾਲ ਹੀ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਭਾਈ ਚਾਹ ਪਾਣੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਬਣਨ ਵੀ ਤਿਆਰ ਹੈ। ਸਾਰੀ ਸੰਗਤ ਨੇ ਪਹਿਲਾਂ ਸਾਡੇ ਵੀਰ ਪ੍ਰਸ਼ਾਦਾ ਛਕਣਗੇ, ਉਸ ਤੋਂ ਬਾਅਦ ਸਾਡੀਆਂ ਭੈਣਾਂ ਵਾਰੀ ਵਾਰੀ ਪ੍ਰਸ਼ਾਦਾ ਛਕਣ ਦੀ ਕਿਰਪਾਲਤਾ ਕਰਨੀ ਜੀ। ਇਹਨਾਂ ਵਚਨਾਂ ਦਾ ਹੈ ਜੀਵਾਂ ਦਾ ਜਾਚਣਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਤ ਵਿੱਚ ਸਰਦਾਰ ਦਰਵਿੰਦਰ ਸਿੰਘ ਜੀ ਵੱਲੋਂ ਸਾਰੇ ਰਿਸ਼ਤੇਦਾਰ, ਦੋਸਤ ਮਿੱਤਰ, ਨਗਨ ਵਾਸੀ, ਪੰਚ ਸਰਪੰਚ ਜੋ ਇਸ ਦੁਖੀ ਘੜੀ ਵਿੱਚ ਸ਼ਰੀਕ ਹੋਏ ਹਨ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਕੁਝ ਇੱਕ ਸੰਸਥਾ ਵਾਸਤੇ ਸਰਦਾਰ ਮਹਿੰਦਰ ਸਿੰਘ ਦੇ ਨਿਮਿੱਤ ਜੋ ਦਾਨ ਕੀਤਾ ਗਿਆ ਸਰਦਾਰ ਦਰਵਿੰਦਰ ਸਿੰਘ ਜੀ ਸਮੂਹ ਪਰਿਵਾਰ ਵੱਲੋਂ, ਉਹ ਜਿਹੜੇ ਵੀ ਸੰਸਥਾ ਦੇ ਮੈਂਬਰ ਹੋਣ ਉਹ ਇੱਥੇ ਮੇਰੇ ਕੋਲ ਆ ਕੇ ਇਹ ਦਾਨ ਕੀਤਾ ਹੋਇਆ ਜੋ ਰਾਸ਼ੀ ਆ ਪ੍ਰਾਪਤ ਕਰ ਸਕਦੇ ਹੋ। ਗੁਰੂ ਨਾਨਕ ਚੈਰੀਟੇਬਲ ਹਸਪਤਾਲ ਜੋ ਆਪਣੇ ਰਾਓਵਾਲ ਵਾਲਾ 11,000 ਰੁਪਇਆ, ਗੁਰਦੁਆਰਾ ਦੂਖਨਵਾਲ ਸਾਹਿਬ 11,000 ਰੁਪਇਆ, ਗੁਰਦੁਆਰਾ ਅਰਦਾਸ ਪਾ ਕੇ ਬੇਗਨਪੁਰਾ ਸਾਹਿਬ 11,000 ਰੁਪਇਆ, ਸ਼ਮਸ਼ਾਨ ਘਾਟ ਲਈ 11,000 ਰੁਪਇਆ, ਸਰਦਾਰ ਮਹਿੰਦਰ ਸਿੰਘ ਪੰਧੋਲ ਉਹਨਾਂ ਦੀ ਭੈਣ ਵੱਲੋਂ ਗੁਰਦੁਆਰਾ ਦਸਵੇਂ ਦਰਬਾਰ ਸਾਹਿਬ ਵਾਸਤੇ 5,000 ਰੁਪਇਆ, ਆਪਣੇ ਜੋ ਪਸ਼ੂ ਵਾਲਾ ਹਸਪਤਾਲ ਹੈ ਉਹਦੇ ਵਾਸਤੇ 5,000 ਰੁਪਇਆ, ਮਾਤਾ ਦਾ ਜੋ ਮੰਦਰ ਹੈ ਆਪਣੇ ਉਹਦੇ ਲਈ 5,000 ਰੁਪਇਆ, ਸਰਕਾਰੀ ਹਾਈ ਸਕੂਲ 5,000 ਰੁਪਇਆ, ਪ੍ਰਾਇਮਰੀ ਸਕੂਲ 5,000 ਰੁਪਇਆ, ਗੁਰਦੁਆਰਾ ਸ੍ਰੀ ਦਸਵੇਂ ਸਾਹਿਬ ਦਸਵੇਂ ਦਰਬਾਰ ਸਾਹਿਬ 11,000 ਰੁਪਇਆ, ਬਾਬਾ ਰੰਗੀਲਾ ਜੀ ਦੀ ਸਮਾਧ ਵਾਸਤੇ 11,000 ਰੁਪਇਆ। ਇਹ ਜੋ ਵੀ ਇੱਥੇ ਸੰਸਥਾ ਦੇ ਮੈਂਬਰ ਹਨ ਇਹ ਪੈਸੇ ਭਾਈ ਮੇਰੇ ਕੋਲੋਂ ਲੈ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਅੰਤ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਬੀਬੀਆਂ ਭੈਣਾਂ ਨੂੰ ਬੇਨਤੀ ਆ ਕਿ ਇੱਥੇ ਹੀ ਬੈਠੀਆਂ ਰਹਿਣ ਸਿਰਫ 10-15 ਮਿੰਟ ਲਈ। ਹੁਣ ਪੁਰਾਣੇ ਵਿੱਚ ਦੇਗ ਵਰਤ ਰਹੀ ਆ, ਪਹਿਲਾਂ ਭਾਈ ਵੀਰ ਜਾਣਗੇ ਪ੍ਰਸ਼ਾਦਾ ਛਕਣਗੇ, ਉਸ ਤੋਂ ਬਾਅਦ ਮਾਈਆਂ ਬੁੱਢੇ ਨੇ ਪ੍ਰਸ਼ਾਦਾ ਛਕਣ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਜਿਹੜੀ ਵਾਹਿਗੁਰੂ ਜੀ ਕੀ ਫਤਿਹ। Thank you.